ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚੁ ਗੁਰੂ ਨਾਨਕ ਪ੍ਰਖੋਤਮੰ ਪਰੰਪਰਾ ਵਰਨਾਥ ਯੁਗਲ ਚਰਨਮ ਬੰਦਨਾ ਧਰ ਪਰ ਧਰ ਕਰਮਾਥ ਹਿੰਦ ਧਰਮ ਕੋ ਆਸਰਾ ਤੁਰਕਨ ਤੇਜ ਬినాਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਮੋ ਚਰਨ ਕੇ ਪਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਮੋ ਚਰਨ ਕੇ ਪਾਸ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰਗੁਣ ਤੇ ਸਰਗੁਣthia ਨਿਰਾਕਾਰ ਜੋਤ ਪ੍ਰਭੂ ਪਰਮਾਤਮਾ ਨੇ ਆਪਣਾ ਨਾਂ ਨਾਨਕ ਉਹਵਾਇਆ ਹੈ ਜਗਤ ਨੂੰ ਤਾਰਨ ਵਾਸਤੇ ਸਾਹਿਬ ਬਾਣੀ ਉਚਾਰ ਰਹੇ ਨੇ ਮਕਸਦ ਇੱਕੋ ਹੀ ਹੈ ਮਤਲਬ ਇੱਕੋ ਹੀ ਹੈ ਕਿ ਕਿਸੇ ਤਰ੍ਹਾਂ ਸ਼ਬਦ ਨਾਲ ਜੁੜ ਜਾਏ ਇਹ ਜੀਵ ਇਹਦਾ ਪੜਾ ਹੋ ਜਾਏ ਇਹ ਜੀਵ ਤੋਂ ਬ੍ਰਹਮ ਹੋ ਜਾਏ ਇਹ ਬੰਦੇ ਤੋਂ ਖੁਦਾ ਹੋ ਜਾਏ ਇਹ ਭਗਤ ਤੋਂ ਭਗਵਾਨ ਬਣ ਜਾਏ ਇਹ ਕਤਰੇ ਤੋਂ ਦਰਿਆ ਹੋ ਜਾਏ ਰਾਈ ਤੋਂ ਪਹਾੜ ਬਣ ਜਾਏ ਗਿੱਦੜੋਂ ਸ਼ੇਰ ਬਣ ਜਾਏ ਦ੍ਰਿਸ਼ਟ ਕੇ ਮੀਆਂ ਸੰਤ ਦੀ ਰਤਨ ਸਿੰਘਾ ਲੱਗੇ ਢਿਲ ਨਾ ਕੱਚ ਸੀ ਲਾਲ ਹੋ ਜਾਏ ਮਤ ਵਿੱਚ ਰਤਨ جواهر ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਣ ਲਏ ਜੀਵ ਸਿੱਖ ਜਗਿਆਸੂ ਤੇ ਮਾਰੀ ਆਂਦੇ ਨੇ ਇਹਨੂੰ ਰਤਨ جواهر ਮਾਨਕ ਗੁਰੂ ਦੀ ਮਾਤੀ ਚੋਂ ਪ੍ਰਾਪਤ ਹੋ ਜਾਣ ਨਾਮ ਪ੍ਰਾਪਤ ਹੋ ਜਾਏ ਵਿਵੇਕ ਪ੍ਰਾਪਤ ਹੋ ਜਾਏ ਵਿਰਾਗ ਪ੍ਰਾਪਤ ਹੋ ਜਾਏ ਅچھے ਗੁਣ ਪ੍ਰਾਪਤ ਹੋ ਜਾਣ ਜਿਹੜੇ ਗੁਣਾ ਕਰਕੇ ਇਹ ਪ੍ਰਭੂ ਭਗਤੀ ਪ੍ਰਾਪਤ ਕਰ ਸਕੇ ਪ੍ਰਭੂ ਭਗਤੀ ਇਹਦੇ ਹਿਰਦੇ ਚ ਵਸ ਜਾਏ ਕਿਉਂ ਮਹਾਰਾਜ ਜੀ ਆਂਦੇ ਨੇ ਭਾਂਡਾ ਧੋਏ ਵੈ ਸਤੂਪ ਦੇਵੋ ਤੋ ਦੁੱਧੇ ਕੋ ਜਾਵੋ ਪਹਿੰਡ ਪਹਿਲਾ ਵੇ ਭਾਂਡਾ ਧੋਵੋ ਚੰਗੀ ਤਰ੍ਹਾਂ ਸਾਫ਼ ਕਰੋ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਕਾਰ ਨਾ ਰਹੇ ਮੈਲ ਨਾ ਰਹੇ ਆਂਦੇ ਨੇ ਸ਼ੇਰਨੀ ਦਾ ਦੁੱਧ ਜਿਹੜਾ ਸੋਨੇ ਦੇ ਭਾਂਡੇ 'ਚ ਟਿਕਦਾ ਹੈ ਉਦਾਹਰਣ ਹੈ ਇਸ ਤਰ੍ਹਾਂ ਇਹ ਗੁਰੂ ਦੀ ਮੱਤ ਇਹ ਗੁਰੂ ਦਾ ਗਿਆਨ ਏ ਵੇਖ ਉਹਦੇ ਹਿਰਦੇ 'ਚ ਟਿਕਦੀ ਹੈ ਸੁਣ ਤੇ ਸਾਰੇ ਰਹੇ ਨੇ ਪਰ ਟਿਕਦੀ ਉਹਦੇ ਹਿਰਦੇ 'ਚ ਜਿਹਦਾ ਹਿਰਦਾ ਨਿਰਮਲ ਹੈ ਜਿਹਦਾ ਮਨ ਸ਼ੁੱਧ ਹੈ ਜਿਹਦਾ ਮਨ ਵਿਵੇਕ ਵਾਲਾ ਹੈ ਵਿਰਾਗ ਵਾਲਾ ਹੈ ਜਿਹਦਾ ਹਿਰਦਾ ਨਿਸ਼ਕਾਪਟ ਹੈ ਤੁਲਸੀਦਾਸ ਜੀ ਨੇ ਆਪਣੀ ਬਾਣੀ 'ਚ ਲਿਖਿਆ ਹੈ ਪ੍ਰਭੂ ਪਰਮਾਤਮਾ ਦਾ ਹੈ ਭਈ ਮੈਨੂੰ ਦੰਬੇ ਪਖੰਡੇ ਕਪਟੇ ਚੰਗੇ ਨਹੀਂ ਲੱਗਦੇ ਜਿਨ੍ਹਾਂ ਦਾ ਹਿਰਦਾ ਸਰਲ ਹੋ ਗਿਆ ਜਿਨ੍ਹਾਂ ਦਾ ਮਨ ਸਰਲ ਹੋ ਗਿਆ ਹੈ ਸਾਫ ਹੋ ਗਿਆ ਹੈ ਕਪਟ ਨਹੀਂ ਰਹਿ ਗਿਆ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਗਿਆ ਹੈ ਇਹੋ ਜਿਹੇ ਜਿਹੜੇ ਸਿੱਖ ਨੇ ਉਹਨਾਂ ਤੇ ਫਿਰ ਪ੍ਰਭੂ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਨਾਨਕ ਨਜ਼ਰੀ ਕਰਮੀ ਦਾਤ ਉਹਨਾਂ ਤੇ ਉਹਦੀ ਨਜ਼ਰ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਕਿਰਪਾ ਵਾਲੇ ਪਾਤਸ਼ਾਹੀ ਪਾਤਸ਼ਾਹ ਉਹ ਫਿਰ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਜਾਂਦੇ ਨੇ ਕਾਦੇ ਨਾਲ ਪਰਭੂ ਪਰਮਾਤਮਾ ਨੂੰ ਆਪਣੀ ਸਿਫਤ ਹਸਲਾ ਦਿੰਦਾ ਹੈ ਜਿਹੜੇ ਸ਼ੁੱਧ ਹਿਰਦੇ ਵਾਲੇ ਨੇ ਪ੍ਰਭੂ ਭਗਤੀ ਵਾਲੇ ਨੇ ਜਿਹੜੇ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਹੀਂ ਮੰਗਦੇ ਉਹਨਾਂ ਨੂੰ ਪਰਮਾਤਮਾ ਕੀ ਦਿੰਦਾ ਆਪਣੀ ਭਗਤੀ ਦਿੰਦਾ ਆਪਣੀ ਸਿਫਤ ਦਿੰਦਾ ਹੈ ਗਣੇਬ ਤੇਰੀ ਸਿਫਤ ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਤੇਰੀ ਸਿਫਤ ਬਹੁਤ ਵੱਡੀ ਹੈ ਬਹੁਤ ਭਾਰੀ ਗੋਰੀ ਹੈ ਤੇਰੀ ਸਿਫਤ ਤੇਰਾ ਰੂਪ ਹੈ ਤੇ ਜਿਹੜੇ ਸਿਫਤਾ ਕਰਨ ਵਾਲੇ ਨੇ ਉਹ ਬਾਦਸ਼ਾਹ ਹੋ ਜਾਂਦੇ ਨੇ ਬਾਦਸ਼ਾਹ ਦੇ ਵੀ ਬਾਦਸ਼ਾਹ ਨਾਨਕ ਪਾਤਸ਼ਾਹੀ ਪਾਤਸਾਹ ਇਸ ਪੌੜੀ ਇਹ ਚ ਪੰਜਵੀਂ ਪੌੜੀ ਹੈ ਇਹ ਗੁਰੂ ਸਾਹਿਬਾਂ ਦੇ ਨੇ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਹੋ ਜਾਂਦੇ ਨੇ ਇੱਕ ਤੇ ਬਾਦਸ਼ਾਹ ਹੁੰਦੇ ਨੇ ਦੁਨਿਆਵੀ ਧਨ ਪਦਾਰਥ ਵਾਲੇ ਦੁਨੀਆਂ ਤੇ ਜਿੰਨਾ ਦੀ ਹਕੂਮਤ ਹੈ ਕੁਝ ਧਨ ਪਦਾਰਥ ਕਰਕੇ ਖਜ਼ਾਨੇ ਭਰੇ ਹੋਏ ਨੇ ਪਰ ਉਹ ਬਾਦਸ਼ਾਹ ਨਹੀਂ ਹੈ ਇਹ ਬਾਦਸ਼ਾਹ ਨੇ ਬਾਦਸ਼ਾਹ ਹੁੰਦਾ ਹੈ ਜਿਹੜਾ ਦੀਨ ਦੁਨੀ ਦਾ ਵੱਡਾ ਹੁੰਦਾ ਹੈ ਜਿਹੜਾ ਦੀਨ ਦਾ ਵੱਡਾ ਹੁੰਦਾ ਹੈ ਉਹ ਪਾਤਸ਼ਾਹ ਹੁੰਦਾ ਹੈ ਜਿਹੜਾ ਦੁਨੀਆਂ 'ਚ ਵੱਡਾ ਹੁੰਦਾ ਬਾਦਸ਼ਾਹ ਹੁੰਦਾ ਜਿਵੇਂ ਆਗਰੇ ਕਾਈ ਸਿੱਖ ਗਿਆ ਉਹ ਜਹਾਂਗੀਰ ਦੇ ਤੰਬੂ 'ਚ ਗਿਆ ਟੱਕਾ ਰੱਖਿਆ ਪਰ ਉਹਨੇ ਕਿ ਬਾਦਸ਼ਾਹ ਹੈ ਸੱਚਾ ਪਾਤਸ਼ਾਹ ਮੁਕਤੀ ਦਾਤਾ ਦੁਜਾ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੰਬੂ 'ਚ ਗਿਆ ਮਹਾਰਾਜ ਜੀ ਉਹਨੂੰ ਨਜ਼ਰੀ ਨਜ਼ਰ ਨਿਹਾਲ ਕੀਤਾ ਉਨੂੰ ਉਹ ਗੁਣ ਬਖਸ਼ ਦਿੱਤੇ ਜਿਹੜੇ ਗੁਨਾ ਦਾ ਕੋਈ ਮੁੱਲ ਨਹੀਂ ਹੈ ਜੇ ਉਹ ਦੁਨਿਆਵੀ ਧਨ ਨਾਲ ਮਿਲਦੇ ਹੁੰਦੇ ਤਾਂ ਉਹ ਤੇ ਬੜੇ ਬੜੇ ਧਨਵਾਨ ਸਨ ਖੁਦ ਜਹਾਂਗੀਰ ਬਾਦਸ਼ਾਹ ਹੀ ਸੀ ਹਿੰਦੁਸਤਾਨ ਸਾਰੇ ਦਾ ਮਾਲਕ ਜਿਹਦੀ ਹਕੂਮਤ ਸੀ ਪਰ ਉਹ ਤੇ ਨਹੀਂ ਲੈ ਸਕਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਜੇ ਤਨ ਪਦਾਰਥ ਨਾਲ ਮਿਲਦਾ ਹੁੰਦਾ ਇਹ ਨਾਮ ਤਨ ਤੇ ਉਹਨੂੰ ਮਿਲ ਜਾਣਾ ਚਾਹੀਦਾ ਸੀ ਬਾਦਸ਼ਾਹ ਜਹਾਂਗੀਰ ਖਰੀਦ ਲੈਂਦਾ ਹੋਰ ਬੜੇ ਬੜੇ ਵੱਡੇ ਸ਼ਾਹੂਕਾਰ ਤਨਾੜ ਬੜੇ ਬੜੇ ਧਨਵਾਨ ਸੀ ਪਰ ਉਹਨਾਂ ਨੂੰ ਉਹ ਤਨ ਨਹੀਂ ਮਿਲਿਆ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਇਹ ਤੇ ਮਨ ਦੇ ਵੱਟੇ ਮਿਲਦਾ ਹੈ ਇਹ ਪ੍ਰਾਣਾ ਦੇ ਵੱਟੇ ਮਿਲਦਾ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲਿ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੇ ਕਾਨ ਨਾ ਕੀਜੈ ਗੁਰੂ ਸਾਹਿਬ ਆਂਦੇ ਨੇ ਜੇ ਤੈਨੂੰ ਪ੍ਰੇਮ ਖੇਡਣ ਦਾ ਚਾਹ ਹੈ ਤੇ ਸਿਰ ਜਿਹੜਾ ਤਲੀ ਤੇ ਰੱਖ ਕੇ ਆ ਭਾਵ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਗਲ ਕੀ ਰੇਣ ਕਾ ਤਵਾਵ ਹਮਾਰੇ ਪਾਸ ਇਹ ਪਹਿਲੀ ਸ਼ਰਤ ਹੈ ਹੋ ਸਗਲ ਕੀ ਰੇਣ ਕਾ ਜਿਹੜਾ ਸਬ ਦੇ ਚਰਨ ਧੂੜ ਹੋ ਜਾਏ ਉਹ ਗੁਰੂ ਦੇ ਜਾਣ ਦੇ ਲਾਇਕ ਹੁੰਦਾ ਹੈ ਨਿਮਰਤਾ ਆ ਗਈ ਹਉ ਜਾਂਦੀ ਰਹੀ ਇਹ ਹਉ ਹੀ ਹੰਕਾਰ ਹੈ ਹਉ ਹੀ ਸਿਰ ਹੈ ਇਹ ਹੰਕਾਰ ਰੂਪੀ ਸਿਰ ਵੱਢ ਕੇ ਹੀ ਗੁਰੂ ਅੱਗੇ ਅਰਪਣ ਕਰਨਾ ਪੈਂਦਾ ਹੈ ਸਦਾ ਤੋਂ ਗੁਰੂ ਆnde ਨੇ ਮਨ ਦੇ ਕਿਉ ਮਨ ਜਿਹੜਾ ਇਹ ਸੰਕਲਪ ਕਲ ਫੁਰਨੇ ਕਰਦਾ ਹੈ ਇਹਦੇ ਚ ਹੀ ਮੋਹ ਕ੍ਰੋਧ ਹੈ ਇਹਦੇ ਚ ਹੀ ਹੰਗ ਹੈ ਇਹਦੇ ਚ ਹੀ ਸਾਰੇ ਆਇਬ ਵਕਾਰ ਨੇ ਇਦੇ ਚ ਆਸਾ ਤ੍ਰਿਸ਼ਨਾ ਜੋ ਕੁਝ ਹੈ ਵਕਾਰਾਂ ਦਾ ਘਰ ਇਹੀ ਹੈ ਤੇ ਜਦੋਂ ਗੁਰੂ ਨੂੰ ਅਰਪ ਦਈਏ ਤਾਂ ਗੁਰੂ ਇਹਨੂੰ ਸ਼ੁੱਧ ਕਰ ਲੈਂਦਾ ਹੈ ਜਦੋਂ ਕੱਪੜਾ ਲਲਾਰੀ ਨੂੰ ਦੇ ਦਈਏ ਉਹ ਰੰਗ ਦਿੰਦਾ ਹੈ ਪਰ ਤਾ ਰੰਗੇ ਜੇ ਉਹਨੂੰ ਦੇਈਏ ਤੇ ਫਿਰ ਉਹ ਰੰਗ ਛਾੜਦਾ ਹੈ ਨਾਮ ਦਾ ਰੰਗ ਪ੍ਰੇਮ ਦਾ ਰੰਗ ਉਹ ਰੰਗ ਜਿਹੜਾ ਹੈ ਉਹ ਦੁਨਿਆਵੀ ਧਨ ਪਦਾਰਥ ਨਾਲ ਨਹੀਂ ਮਿਲਦਾ ਹੈ ਉਹ ਸਿਰ ਦੇ ਵੱਟੇ ਮਿਲਦਾ ਹੈ ਉਹ ਇਹਨਾਂ ਗੁਣਾ ਕਰਕੇ ਮਿਲਦਾ ਹੈ ਇਸੇ ਗੱਲੋਂ ਹੀ ਗੁਰੂ ਸਾਹਿਬ ਨੇ ਇਸ ਪੌੜੀ ਵਿੱਚ ਉਹਨਾਂ ਗੁਣਾ ਨੂੰ ਅਮੁੱਲ ਆਖਿਆ ਹੈ ਪਈ ਦੁਨਿਆਵੀ ਮੋਲ ਨਾਲ ਨਹੀਂ ਮਿਲਦੇ ਇਸ ਮੁੱਲ ਤੋਂ ਅਮੁੱਲ ਨੇ ਉਹ ਤੇ ਸਿਰ ਦੇ ਵੱਟੇ ਮਿਲਦੇ ਨੇ ਕੰਚਨ ਸਿਉ ਪਾਈਏ ਨਹੀਂ ਥੋਲ ਮਨ ਦੇ ਰਾਮ ਲਿਆ ਹੈ ਮੋਲ ਉਹ ਤੇ ਮਨ ਦਿੱਤਿਆਂ ਤੇ ਮਨ ਦਿੱਤਿਆਂ ਇਹਦੇ ਅੰਦਰ ਉਹ ਗੁਣ ਆ ਜਾਂਦੇ ਨੇ ਜਿਨੂੰ ਗੁਰਬਾਣੀ ਚ ਦੱਸਿਆ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹ ਮੰਤ ਲਈ ਆਪ ਤੇਜ ਬਾਇਕ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ ਹਰੀ ਦੇ ਪਾਸੇ ਜਾਣ ਵਾਲਿਆਂ ਨੂੰ ਆਪ ਤੇਜ ਮਤਲਬ ਪਾਣੀ ਤੋਂ ਅਗਨੀ ਤੋਂ ਹਵਾ ਤੋਂ ਪ੍ਰਿਥਵੀ ਤੋਂ ਆਕਾਸ਼ ਤੋਂ ਇਨਾਂ ਤੋਂ ਸਿੱਖਣਾ ਚਾਹੀਦਾ ਹੈ। ਇਨਾਂ ਤੋਂ ਗੁਣ ਲੈਣੇ ਚਾਹੀਦੇ ਨੇ। ਕਿਉਂ? ਪੰਜਾਂ ਤੱਤਾਂ ਤੋਂ ਹੀ ਇਹ ਸਰੀਰ ਬਣਿਆ ਹੈ। ਪੰਜ ਤੱਤ ਕੋ ਤਨ ਰਚਿਓ। ਇਨਾਂ ਤੱਤਾਂ ਤੋਂ ਗੁਣ ਸਿੱਖਣੇ ਚਾਹੀਦੇ ਨੇ, ਗੁਣ ਲੈਣੇ ਚਾਹੀਦੇ ਨੇ। ਧਰਤੀ ਤੋਂ ਖਿਮਾ ਦਾ ਗੁਣ ਲੈਣਾ ਚਾਹੀਦਾ। ਪਾਣੀ ਨਿਵਾਣ ਨੂੰ ਜਾਂਦਾ ਹੈ। ਠੰਡਕ ਦਿੰਦਾ ਹੈ। ਹਵਾ ਬਿਨਾ ਹੀ ਵਿਤਕਰੇ ਤੋਂ ਸਾਰਿਆਂ ਦੇ ਅੰਦਰ ਬਾਹਰ ਸਫਾਈ ਕਰਦੀ ਨਾਲ ਜੀਵਨ ਦਿੰਦੀ ਹੈ। ਆਕਾਸ਼ ਸਭ ਨੂੰ ਜਗ੍ਹਾ ਦੇ ਰਿਆ ਰਹਿਣ ਵਾਸਤੇ। ਅਗਨੀ ਸਾਰਿਆਂ ਨੂੰ ਨਿਗ੍ਹ ਦਿੰਦੀ ਹੈ, ਸਭ ਦੇ ਕਾਰਜ ਕਰਦੀ ਹੈ। ਬਿਨਾ ਵਿਤਕਰੇ ਤੋਂ ਚੰਗੇ ਮਾੜੇ ਥਾਂ ਤੇ ਸਾਰਿਆਂ ਤੇ ਕੰਮ ਕਰਦੀ ਹੈ। ਸੰਸਕਾਰ ਵੀ ਅਗਨੀ ਨਾਲ ਕਰੀਦਾ, ਰੋਟੀਆਂ ਵੀ ਅੱਗ ਨਾਲ ਪਕਾਈਦੀਆਂ। ਭੇਰੋ ਪਵਿੱਤਰ ਦੀ ਪਵਿੱਤਰ ਸ਼ੁੱਧ ਦੀ ਸ਼ੁੱਧ ਰਹਿੰਦੀ ਹੈ। ਸੋ ਧਰਤੀ ਤੋਂ, ਜਲ ਤੋਂ, ਅਗਨੀ ਤੋਂ, ਵాయు ਤੋਂ, ਆਕਾਸ਼ ਤੋਂ ਗੁਣ ਲੈਣੇ ਚਾਹੀਦੇ ਨੇ। ਇਹ ਗੁਣ ਜਿਹੜੇ ਨੇ ਇਹ ਮਨ ਨੂੰ ਪਵਿੱਤਰ ਕਰ ਦਿੰਦੇ ਨੇ। ਇਹ ਗੁਣ ਜਿਹੜੇ ਨੇ ਬੇਮੁੱਲੇ ਗੁਣ ਨੇ। ਜਿਹੜੇ ਗੁਰੂ ਦੀ ਰਹਿਮਤ ਨਾ ਮਿਲਦੇ ਨੇ ਜਿਹਦੇ ਤੇ ਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਨਾਨਕ ਨਦਰੀ ਕਰਮੀ ਦਾਤ ਇਹ ਉਹਦੀ ਕਿਰਪਾ ਦ੍ਰਿਸ਼ਟੀ ਕਰਕੇ ਦਾਤ ਮਿਲੀ ਤੇ ਉਹ ਫਿਰ ਭਗਤ ਜਿਹੜਾ ਹੈ ਸਿੱਖ ਜਿਹੜਾ ਹੈ ਬੇਮੁੱਲਾ ਹੋ ਜਾਂਦਾ ਹੈ ਉਹਦੇ ਚ ਇਹ ਗੁਣ ਜਿਹੜੇ ਨੇ ਬੇਮੁੱਲੇ ਗੁਣ ਆ ਜਾਂਦੇ ਨੇ ਅਮੁੱਲ ਗੁਣ ਇਹ ਗੁਣ ਨੇ ਨਾ ਜਿਹੜੇ ਸਤ ਸੰਤੋਖ ਖਿਮਾ ਧੀਰਜ ਨਿਮਰਤਾ ਇਹ ਜਿਹੜੇ ਗੁਣ ਨੇ ਨਾ ਚੰਗੇ ਇਹ ਜਦੋਂ ਇਹਦੇ ਹਿਰਦੇ ਚ ਆ ਜਾਂਦੇ ਨੇ ਤੇ ਇੱਕ ਇੱਕ ਗੁਣ ਦਾ ਕੋਈ ਮੁੱਲ ਨਹੀਂ ਹੈ ਕੋਈ ਦੁਨਿਆਵੀ ਧਨ ਨਾਲ ਇਹਨਾਂ ਦਾ ਮੁੱਲ ਨਹੀਂ ਪੈਂਦਾ ਗੁਣਾ ਦਾ ਇਹ ਗੁਣ ਤੇ ਪ੍ਰਭੂ ਦੀ ਗੁਰੂ ਦੀ ਰਹਿਮਤ ਨਾਲ ਮਿਲਦੇ ਨੇ ਤੇ ਜਿਹਦੇ ਅੰਦਰ ਇਹ ਗੁਣ ਆ ਜਾਂਦੇ ਨੇ ਉਹ ਅਮੁੱਲ ਹੋ ਜਾਂਦਾ ਹੈ ਇੱਕ ਹੁੰਦਾ ਮਤਲਬ ਬਹੁਤ ਹੀ ਕੀਮਤ ਵਾਲੇ ਨੂੰ ਵੀ ਆਖੀ ਦਾ ਅਮੁੱਲ ਪਰ ਇੱਥੇ ਦੁਨੀਆ ਦੀ ਕੋਈ ਐਹੋ ਜੀ ਵਸਤੂ ਪਦਾਰਥ ਨਹੀਂ ਹੈ ਜਿਹਦੇ ਕਰਕੇ ਇਹਦਾ ਮੁੱਲ ਪਾਇਆ ਜਾ ਸਕੇ ਇਸ ਗੱਲੋਂ ਇਹਨੂੰ ਗੁਰੂ ਸਾਹਿਬ ਅਮੁੱਲ ਆਖ ਰਹੇ ਨੇ ਭਈ ਇਹ ਗੁਲ ਇਹ ਗੁਣ ਜਿਹੜੇ ਨੇ ਗੁਰੂ ਤੇ ਪ੍ਰਭੂ ਦੀ ਰਹਿਮਤ ਨਾਲ ਹੀ ਮਿਲਦੇ ਨੇ ਉਹਦੀ ਰਹਿਮਤ ਜਿਹੜੀ ਉਹ ਬੇਮੁੱਲੀ ਹੈ ਉਹ ਸਿਰਫ ਉਹਦੀ ਪ੍ਰਸੰਤਾ ਕਰਕੇ ਮਿਲਦੀ ਹੈ ਗੁਰੂ ਦੀ ਪ੍ਰਸੰਤਾ ਕਦੋਂ ਹੁੰਦੀ ਹੈ ਜਦੋਂ ਇਹ ਜੀਵ ਹਉ ਤਿਆਗ ਕੇ ਗੁਣਾ ਨੂੰ ਧਾਰਨ ਕਰੇ ਤੇ ਭਗਤੀ ਜਾਜ ਹੈ ਫਿਰ ਇਹਨੂੰ ਉਹ ਬੇਮੁੱਲੇ ਗੁਣ ਮਿਲ ਜਾਂਦੇ ਨੇ ਅਮੁੱਲ ਗੁਣ ਆਮੁੱਲ ਪੰਡਾਰ ਤੇ ਉਹ ਜਿਹੜੇ ਪੰਡਾਰੀ ਚੋਂ ਮਿਲਦੇ ਨੇ ਗੁਰੂ ਦੇ ਕੋਲ ਉਹ ਵੀ ਤੇ ਬੇਮੁੱਲਾ ਹੈ ਮਤਲਬ ਉਹਦਾ ਕੋਈ ਮੁੱਲ ਥੋੜਾ ਦੇ ਸਕਦਾ ਹੈ ਉਹ ਪੰਡਾਰ ਉਹ ਵੀ ਅਮੁੱਲ ਹੈ ਉਹ ਕੋਈ ਮੁੱਲ ਕਰਕੇ ਨਹੀਂ ਮਿਲਿਆ ਨਾ ਉਹਦਾ ਕੋਈ ਮੁੱਲ ਹੈ ਉਹਦਾ ਮੁੱਲ ਤਾਂ ਸਿਰਫ ਹਉ ਤਿਆਗ ਕੇ ਸਿਮਰਨ ਕਰਨਾ ਭਗਤੀ ਕਰਨੀ ਸ਼ੁਭ ਗੁਣ ਧਾਰਨ ਕਰਨੇ ਉਹਦਾ ਮੁੱਲ ਸਿਰਫ ਜਿਗਿਆਸਾ ਹੈ ਉਹਦਾ ਮੁੱਲ ਸਿਰਫ ਮੰਨਣ ਕਰਨਾ ਹੈ ਭਰੋਸਾ ਕਰਨਾ ਹੈ ਇਹ ਜਿਹੜੇ ਚੰਗੇ ਗੁਣ ਨੇ ਨਾ ਇਹਨਾਂ ਕਰਕੇ ਉਸ ਭੰਡਾਰੇ ਚੋਂ ਇਹ ਮਿਲਦੇ ਨੇ ਉਹ ਭੰਡਾਰ ਵੀ ਬੇਮੁੱਲਾ ਹੈ ਅਮੁੱਲਾ ਵੇ ਮੁੱਲੇ ਜਹੇ ਬੇਮੁੱਲੇ ਜਿਗਿਆਸੂ ਆਉਂਦੇ ਨੇ ਤੇ ਬੇਮੁੱਲਾ ਧੰਨ ਲੈ ਕੇ ਜਾਂਦੇ ਨੇ ਗੁਰੂ ਤੋਂ ਮਤਲਬ ਜਿਗਿਆਸੂ ਬੇਮੁੱਲੀ ਸ਼ਰਧਾ ਲੈ ਕੇ ਆਉਂਦੇ ਨੇ ਕਿ ਸ਼ਰਧਾ ਦਾ ਵੀ ਕੋਈ ਮੁੱਲ ਨਹੀਂ ਹੈ ਉਹ ਸਾਈ ਦੀ ਸ਼ਰਧਾ ਦਾ ਕੀ ਮੁੱਲ ਕੋ પા ਸਕੇਗਾ ਜਿਨ ਨੇ ਸਾਰੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ ਆਪਣਾ ਟਕਾ ਚੁੱਕ ਲਿਆਂਦਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਤੇ ਨਮਸਕਾਰ ਕੀਤੀ ਮਹਾਰਾਜ ਜੀ ਉਹਨੂੰ ਮੋਖ ਪਦਵੀ ਬਖਸ਼ੀ ਨਜ਼ਰੀ ਨਜ਼ਰ ਨਿਹਾਲ ਕੀਤਾ ਸੋ ਉਹ ਬੇਮੁੱਲੀ ਸ਼ਰਧਾ ਲੈ ਕੇ ਸਿੱਖ ਆਉਂਦਾ ਹੈ ਤੇ ਬੇਮੁੱਲਾ ਗਿਆਨ ਬੇਮੁੱਲੀ ਮੋਖ ਪਦਵੀ ਬੇਮੁੱਲੀ ਰਹਿਮਤ ਲੈ ਕੇ ਜਾਂਦਾ ਹੈ ਅਮੁੱਲ ਆਵੇ ਅਮੁੱਲ ਲੈ ਜਾਏ ਬੇਮੁੱਲੀ ਸ਼ਰਧਾ ਲੈ ਕੇ ਆਉਂਦਾ ਤੇ ਬੇਮੁੱਲਾ ਭੰਡਾਰ ਲੈ ਕੇ ਜਾਂਦਾ ਹੈ ਉਹ ਕਿਹੜਾ ਭੰਡਾਰ ਭਗਤੀ ਦਾ ਗਿਆਨ ਦਾ ਰਹਿਮਤ ਦਾ ਅਮੁੱਲ ਪਾਇ ਮੁੱਲਾ ਸਮਾਹ ਉਹ ਫਿਰ ਬੇਮੁੱਲੀ ਭਾਵਨਾਵਾਂ ਵਾਲਾ ਬੇਮੁੱਲੀ ਭਗਤੀ ਵਾਲਾ ਅਮੁੱਲਾ ਸਮਾਹ ਤੇ ਬੇਮੁੱਲਾ ਹੀ ਉਹ ਜਿਹੜਾ ਪ੍ਰਭੂ ਹੈ ਉਹਦੇ ਸਮਾ ਜਾਂਦਾ ਬੇਮੁੱਲਾ ਜਿਹੜਾ ਨਾਮ ਹੈ ਸਰੂਪ ਹੈ ਉਹਦਾ ਉਹਦੇ 'ਚ ਸਮਾਈ ਹੋ ਜਾਂਦੀ ਉਹਦੀ ਅਮੁੱਲ ਧਰਮ ਅਮੁੱਲ ਦੀ ਬਾਣ ਤੇ ਜਿੱਥੇ ਇਹਨੂੰ ਨਾਪਿਆ ਜੋਖਿਆ ਜਾਂਦਾ ਉਹ ਧਰਮ ਵੀ ਬੇਮੁੱਲਾ ਹੈ ਇਹ ਧਰਮ ਰਾਜ ਨਹੀਂ ਇੱਥੇ ਅਰਥ ਇਹ ਜਿਹੜਾ ਧਰਮ ਇੱਕ ਉਹ ਧਰਮ ਹੈ ਨਾਮ ਨੂੰ ਵੀ ਸਭ ਤੋਂ ਵੱਡਾ ਧਰਮ ਆਖਿਆ ਸਭ ਕਲ ਉਦਰੀ ਇੱਕ ਨਾਮ ਧਰਮ ਸੋ ਇਥੇ ਧਰਮ ਪ੍ਰਭੂ ਪਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਧਰਮ ਹੈ ਉਹ ਧਰਮ ਦੇ ਮੁਤਾਬਕ ਉਹ ਧਰਮ ਦੇ ਮੁਤਾਬਕ ਉਹਨੂੰ ਜਾਣਿਆ ਜਾਂਦਾ ਹੈ ਅਮੁੱਲ ਧਰਮ ਅਮੁੱਲ ਦੀ ਬਾਣ ਤੇ ਬੇਮੁੱਲਾ ਹੀ ਦਰਬਾਰ ਹੈ ਪ੍ਰਭੂ ਦਾ ਉਹ ਦਰਬਾਰ ਦੇ ਵਿੱਚ ਦਾਖਲ ਉਹ ਧਰਮੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਬੇਮੁੱਲਾ ਧਰਮ ਹੁੰਦਾ ਹੈ ਉਹ ਨਾਮ ਧਰਮ ਹੈ ਜਿਹਦਾ ਕੋਈ ਮੁੱਲ ਨਹੀਂ ਹੈ ਇਹ ਨਾਮ ਧਰਮ ਜਿਹੜਾ ਹੈ ਇਹ ਉਹ ਦਰਬਾਰ ਦੇ ਵਿੱਚ ਦੀਵਾਨ ਨੇ ਦਰਬਾਰ ਦਾ ਉਹਦਾ ਦਰਬਾਰ ਸਤ ਸੰਗ ਰੂਪੀ ਦਰਬਾਰ ਸੱਚਖੰਡ ਰੂਪੀ ਦਰਬਾਰ ਉਥੇ ਇਹ ਨਾਮ ਧਰਮ ਵਾਲੇ ਦਾਖਲ ਹੁੰਦੇ ਨੇ ਉਹਦੇ ਚ ਉਹਨਾਂ ਨੂੰ ਬਹਿਣਾ ਮਿਲਦਾ ਹੈ ਉਹਦੇ ਚ ਪ੍ਰਵੇਸ਼ ਉਹਨਾਂ ਨੂੰ ਮਿਲਦਾ ਹੈ ਅਮੁੱਲ ਤੁੱਲ ਅਮੁੱਲ ਪਰਵਾਨ ਉਹ ਜਿਹੜਾ ਤਕ ਵੱਟਾ ਹੈ ਉਹ ਵੀ ਬੇਮੁੱਲਾ ਹੈ ਕਿਹੜੇ ਵੱਟੇ ਨਾਲ ਤੋਲਿਆ ਜਾਂਦਾ ਹੈ ਤੇ ਕਿਹੜੀ ਤਕੜੀ ਉੱਤੇ ਤੋਲਿਆ ਜਾਂਦਾ ਹੈ ਅਮੁੱਲ ਤੁੱਲ ਅਮੁੱਲ ਪਰਵਾਨ ਤੋਲਣਾ ਤਕੜੀ ਦਾ ਹੈ ਪਰਵਾਣ ਨਾ ਵੱਟੇ ਦਾ ਹੈ ਉਹ ਕਿਹੜੀ ਤਕੜੀ ਨਾਲ ਤੋਲਿਆ ਜਾਂਦਾ ਧਰਮ ਦੀ ਤਰਕੜੀ ਉੱਤੇ ਉਹ ਪੂਰਾ ਉੱਤਰ ਦਾ ਤੇ ਅਮੁੱਲ ਪਰਵਾਣ ਬੇਮੁੱਲਾ ਹੀ ਵੱਟਾ ਉਹਦੀ ਪਤ ਦਾ ਵੱਟਾ ਜਿਹੜਾ ਪਤ ਪਰਵਾਣਾਂ ਪਿੱਛੇ ਪਾਈਏ ਤੋ ਨਾਨਕ ਤੋਲਿਆ ਜਾਪੇ ਉਹਦਾ ਉਹਦੀ ਜਿਹੜੀ ਪਤ ਹੈ ਉਹਦੀ ਜਿਹੜੀ ਉੱਚੀ ਰਹਿਣੀ ਰਹਿਤ ਹੈ ਉਹ ਗੁਰਮਖਾਂ ਵਾਲੀ ਚੌਥੇ ਪਦਮੇ ਸਹਜ ਗੁਰਮੁਖ ਪਾਇਆ ਜਾਏ ਉਸ ਵੱਟੇ ਨਾਲ ਤੋਲਿਆ ਜਾਂਦਾ ਜਿਹੜਾ ਬੇਮੁੱਲਾ ਹੈ ਤੇ ਜਦੋਂ ਇਸ ਤਕੜੀ ਇਸ ਵੱਟੇ ਨਾਲ ਉਹ ਪੂਰਾ ਉਤਰਦਾ ਹੈ ਬੇਮੁੱਲਾ ਹੀ ਧਰਮ ਹੈ ਨਾਮ ਤੇ ਬੇਮੁੱਲਾ ਵੱਟਾ ਹੈ ਸਹਜ ਅਵਸਥਾ ਤੇ ਅਮੁੱਲ ਬਖਸ਼ਿਸ਼ ਉਹਦੇ ਉੱਤੇ ਬਖਸ਼ਿਸ਼ ਜਿਹੜੀ ਉਹ ਬੇਮੁੱਲੀ ਹੈ ਉਹਦੇ ਉੱਤੇ ਜਿਹੜੀ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੈ ਇਹ ਵੀ ਬੇਮੁੱਲੀ ਹੈ ਜਾਕੋ ਆਪਣੀ ਕਰੇ ਬਖਸ਼ਿਸ਼ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਇਹ ਬਖਸ਼ਿਸ਼ ਜਿਹੜੀ ਹੈ ਰਹਿਮਤ ਜਿਹੜੀ ਹੈ ਇਹ ਵੀ ਤੇ ਬੇਮੁੱਲੀ ਹੈ ਉਹਦੇ ਤੇ ਹੁੰਦੀ ਹੈ ਬਖਸ਼ਿਸ਼ ਧਰਮ ਵਾਲੇ ਤੇ जोड़ा पूरा तुल्या है प्रभु परमात्मा की निगाह चुड़ा पूरा तुल्या है गुरु की निगाह जोड़ा पूरा तुल्या है भाई मणिंग वांगू भाई दयाले वांगू बाबे देव सिंह वालू वागू भाई बहलो सालो वांगू माई भागो वांगू जोड़ा पूरा तुल्या है ਸਾਹਿਬ ਜਿਆਦੇ ਵਾਂਗੂ ਨਾਮਦੇਵ ਕਬੀਰ ਵਾਂਗੂ ਉਹਨਾਂ ਤੇ ਬਖਸ਼ ਰਹਿਮਤ ਕਿਰਪਾ ਮਿਹਰ ਮਾਇਆ ਇਹ ਹੁੰਦੀ ਹੈ ਅਮੁੱਲ ਨਿਸ਼ਾਨ ਉਹਨਾਂ ਉੱਤੇ ਫਿਰ ਨਿਸ਼ਾਨ ਜਿਹੜਾ ਹੈ ਨਿਸ਼ਾਨ ਨਾ ਮੋਹਰ ਦਾ ਉਹਨਾਂ ਉੱਤੇ ਫਿਰ ਉਹਦੀ ਬਖਸ਼ਿਸ਼ ਦਾ ਨਿਸ਼ਾਨ ਪਿਆ ਹੁੰਦਾ ਹੈ। ਭਈ ਇਹ ਰਹਿਮਤ ਵਾਲੇ ਨੇ। ਜਿਵੇਂ ਕਿਸੇ ਨੂੰ ਆਲਾ ਦੇਂਦੇ ਨੇ ਫੀਤਾ ਲਾ ਦਿੰਦੇ ਨੇ। ਆ ਔਦਾ ਵਿਧਾਨ ਕਿਸੇ ਮਹਿਕ ਵਿੱਚ ਫੌਜੇ 14 ਵਿਧਾਨ ਉਹਨੂੰ ਸਟਾਰ ਲਾ ਦਿੰਦੇ ਨੇ। ਹੋਰ ਕਿਸੇ ਮਹਿਕ ਵਿੱਚ ਜਦੋਂ ਔਦਾ ਵਿਧਾਨਦੇ ਨੇ ਕਿਸੇ ਦਾ ਤੇ ਉਹਨੂੰ ਉਹ ਨਿਸ਼ਾਨ ਪੈਂਦਾ ਹੈ ਨਿਸ਼ਾਨ ਤੋਂ ਪਾ ਮੋਹਰ ਲੱਗਦੀ ਹੈ ਮੋਹਰ ਤੋਂ ਪਾ ਸਟਾਰ ਲੱਗਦਾ ਹੈ ਫੀਤਾ ਲੱਗਦਾ ਹੈ ਗਵਰਨਮੈਂਟ ਦਾ ਭਈ ਇਹ ਗਵਰਨਮੈਂਟ ਹੀ ਆਦਮੀ ਹੈ ਇਹ ਸਰਕਾਰੀ ਆਦਮੀ ਹੈ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਭਗਤ ਵੀ ਪਰਮੇਸ਼ਰ ਸਭ ਤੋਂ ਉੱਚੀ ਸੁੱਚੀ ਸਰਕਾਰ ਹੈ ਅਸਲ ਸਰਕਾਰ ਤੇ ਪਰਮਾਤਮਾ ਹੀ ਹੈ ਅਸਲ ਹਕੂਮਤ ਤੇ ਉਹਦੀ ਹੈ ਪਰਮਾਤਮਾ ਦੀ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਪੁਰਖ ਫਰਮਾਇਓ ਉਹਦਾ ਰਾਜ ਤੇ ਸਦਾ ਹੀ ਹੈ ਉਹ ਸਦਾ ਹੀ ਰਾਜਾ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰ ਦਿਵਾਜ ਉਹ ਹਰ ਸਮਾਨ ਨਹੀਂ ਰਾਜਾ ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰਤ دیਵਾਜਾ ਇਹ ਝੂਠੇ ਦਾਵੇ ਕਰਦੇ ਨੇ ਅਸਲ ਰਾਜਾ ਤੇ ਪਰਮਾਤਮਾ ਹੀ ਹੈ ਉਹ ਰਾਜਿਆਂ ਦਾ ਰਾਜਾ ਹੈ ਮਹਾਰਾਜਾ ਹੈ ਉਹਦੇ ਉੱਤੇ ਨਿਸ਼ਾਨ ਪੈਂਦਾ ਹੈ ਨਿਸ਼ਾਨ ਤੋਂ ਪਾ ਮੋਹਰ ਲੱਗਦੀ ਹੈ ਕਿਹੜੀ ਮੋਰ ਬਖਸ਼ਿਸ਼ ਦੀ ਮੋਰ ਜਿਵੇਂ ਅੱਜ ਭਈ ਰਾਸ਼ਟਰਪਤੀ ਨੇ ਇਹਨਾਂ ਨੂੰ ਇਨਾਮ ਦੇਣੇ ਨੇ ਅੱਜ ਭਈ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਅਹੁਦੇ ਦੇਣੇ ਨੇ ਕੁਝ ਕੋ ਉਹਨਾਂ ਨੂੰ ਸਤਕਾਰ ਵਜੋਂ ਦਿੱਤੇ ਜਾਂਦੇ ਨੇ ਜਿਵੇਂ ਫੌਜੇ ਚ ਆ ਵੀਰ ਚੱਕਰ ਦਿੱਤਾ ਹੈ ਕਾ ਇੱਕ ਕਿਸਮ ਦਾ ਸਤਕਾਰ ਹੁੰਦਾ ਹੈ ਉਹਦੀ ਵਡਿਆਈ ਹੁੰਦੀ ਹੈ ਉਹਦਾ ਵੱਡਿੱਪਣ ਝਾਹਰ ਕਰਨ ਵਾਸਤੇ ਉਹਦੇ ਗੁਣ ਝਾਹਰ ਕਰਨ ਵਾਸਤੇ ਉਹਦਾ ਸੁਭਾਅ ਉਹਦੀ ਕਰਨੀ ਉਹਦਾ ਪੁਰਸ਼ਾਰਥ ਹਿੰਮਤ ਜਿਹਦੇ ਕਰਕੇ ਇਹ ਗਵਰਨਮੈਂਟ ਦੀ ਉਹਦੇ ਉੱਤੇ ਰਹਿਮਤ ਹੋਈ ਹੈ ਪਰ ਇਹ ਦੁਨੀਆ ਦੀ ਗਵਰਨਮੈਂਟ ਹੈ ਹਕੂਮਤ ਹੈ ਸਰਕਾਰ ਹੈ ਪਰ ਉਹ ਸੱਚੀ ਸਰਕਾਰ ਹੈ ਪਰਮੇਸ਼ਰ ਜਿਹੜਾ ਜਿਹਨੂੰ ਗੁਰਬਾਣੀ ਚ ਭਾਈ ਨੰਦ ਲਾਲ ਜੀ ਨੇ ਦਸਵੇਂ ਮਹਾਰਾਜ ਦੀ ਤਾਰੀਫ ਵਿੱਚ ਬਾਣੀ ਉਚਾਰੀ ਹੈ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਉਹ ਸ਼ਾਹ ਦਾ ਵੀ ਸ਼ਾਹ ਸ਼ੈਨ ਸ਼ਾਹ ਦਾ ਸ਼ੈਨ ਸ਼ਾਹ ਹੈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਂਦੇਸ਼ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਿਹਦਾ ਕੋਈ ਯਾਰ ਨਹੀਂ ਕੋਈ ਮਿੱਤਰ ਨਹੀਂ ਜਿਹੜਾ ਦੁਨੀਆ ਦੀ ਨਿਗਾਹ ਚ ਅਦਨਾ ਜਿਆ ਹੈ ਕੁਝ ਨਹੀਂ ਹੈ ਕੀੜੀ ਵਰਗਾ ਹੈ ਨਾ ਚੀਜ਼ ਹੈ اے ਗੁਰੂ ਗੋਬਿੰਦ ਸਿੰਘ ਤੂੰ ਉਹਦਾ ਯਾਰ ਹੈਂ ਤੂੰ ਉਹਦਾ ਵੀ ਮਿੱਤਰ ਹੈ ਤੂੰ ਉਹਨੂੰ ਵੀ ਅਪਣਾ ਲੈਂਦਾ ਹੈ ਤੇਰੇ ਦਰ ਤੋਂ ਉਹ ਵੀ ਕਬੂਲ ਹੋ ਸਕਦਾ ਭਾਈ ਨੰਦ ਲਾਲ ਦੀਆਂ ਗਜਲਿਆਂ ਚ ਭਾਈ ਨੰਦ ਲਾਲ ਦੀ ਬਾਣੀ ਨੂੰ ਗੁਰੂ ਦੀ ਬਾਣੀ ਦਾ ਦਰਜਾ ਮਿਲਿਆ ਹੈ ਗੁਰੂ ਬਾਣੀ ਬਰੋਬਰ ਹੈ ਉਹਦੀ ਬਾਣੀ ਉਹਨਾਂ ਦੀ ਬਾਣੀ ਹੈ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਕੀ ਬਾਤ ਹੈ ਗੁਰੂ ਮਹਾਰਾਜ ਦੀ ਇਹੋ ਜੀ ਵਿਡਿਆਈ ਇਹੋ ਜੇ ਗੁਣ ਯਾਹਰ ਕੀਤੇ ਨੇ ਜਿਹੜੇ ਸਾਡੇ ਮਨ 'ਚ ਵਸ ਜਾਣ ਤੇ ਗੁਰੂ ਦੀ ਰਹਿਮਤ ਹੁੰਦੀ ਹੈ ਤੇ ਗੁਰੂ ਦੀ ਰਹਿਮਤ ਨਾਲ ਉਹ ਗੁਣ ਸੇ ਖਿੱਚ ਵੀ ਆਉਣ ਲੱਗ ਜਾਂਦੇ ਨੇ ਕਿਉਂ ਜਿਹੜੀ ਚੀਜ਼ ਤੇ ਆਪਾਂ ਖਰੀਦਾਰ ਹੋ ਜਾਂਦੇ ਆ ਉਹ ਚੀਜ਼ ਫਿਰ ਸਾਡੇ ਅੰਦਰ ਆ ਜਾਂਦੀ ਹੈ ਜੇ ਆਪਾਂ ਨਿੰਦਾ ਚੁਗਲੀ ਰਾਤ ਦਿਨ ਕਰਾਂਗੇ ਸਾਡੇ ਅੰਦਰ ਉਹ ਅਵਗੁਣ ਆਉਣ ਦੇ ਆਉਣ ਲੱਗ ਜਾਣਗੇ ਸਾਡਾ ਮਨ ਮੈਲਾ ਹੋਣ ਲੱਗ ਜਾਏਗਾ ਸਾਡਾ ਮਨ ਅਵਗੁਣਾਂ ਵਾਲਾ ਹੁੰਦਾ ਜਾਏਗਾ ਤੇ ਜੇ ਆਪਾਂ ਗੁਣਾਂ ਦੇ ਗ੍ਰਾਹੀ ਹੋ ਜਾਾਂਗੇ ਗੁਣਾਂ ਦੇ ਗ੍ਰਾਹਕ ਬਣ ਜਾਾਂਗੇ ਰਸਨਾ ਨਾਲ ਵੀ ਪ੍ਰਭੂ ਦੇ ਗੁਣ ਗੁਰੂ ਦੇ ਗੁਣ ਗਾਵਾਂ ਕੰਨਾਂ ਨਾਲ ਵੀ ਉਹਦੇ ਗੁਣ ਸੁਣਾਗੇ ਰਸਨਾ ਨਾਲ ਵੀ ਅੱਖਾਂ ਨਾਲ ਵੀ ਕੰਨਾਂ ਨਾਲ ਵੀ ਪੈਰਾਂ ਨਾਲ ਵੀ ਗੁਰੂਵਾਲ ਚੱਲ ਕੇ ਜਾਈਓ ਉਹਦੇ ਦਰਬਾਰ ਹੱਥਾਂ ਨਾਲ ਵੀ ਸੇਵਾ ਮਨ ਨਾਲ ਵੀ ਉਹਦੀ ਸੋਚਣੀ ਤੇ ਫੇਰ ਆਪਾਂ ਸਮਝ ਲਓ ਕਿ ਗੁਨਾ ਦੇ ਗ੍ਰਾਹਕ ਬਣ ਗਏ ਸਾਡੀਆਂ ਇੰਦਰੀਆਂ ਗੁਨਾ ਦੀਆਂ ਗ੍ਰਾਹਕ ਬਣ ਗਈਆਂ ਸਮਝ ਲਓ ਇਹ ਨੇਤਰੋ ਮੇਰੇ ਹੋਰ ਤੁਮ੍ਹ੍ਹੇ ਜੋਤ ਰੱਖੀ ਤਾ ਹਰ ਬਨਵਰ ਨਾਲ ਦੇਖੋ ਕੋਈ ਨਦਰੀ ਹਰ ਨਿਹਾਲਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਨੰਦ ਸਾਹਿਬ ਦੀ ਬਾਣੀ ਵਿੱਚ ਨੇਤਰਾਂ ਨੂੰ ਆਂਦੇ ਨੇ ਇਹ ਨੇਤਰੋ ਮੇਰੇ ਵਰ ਤੁਮ ਮੇ ਜੋਤ ਰਖੀ ਭਈ ਪ੍ਰਭੂ ਪਰਮਾਤਮਾ ਦੀ ਤੁਹਾਡੇ ਜੋਤ ਹੈ ਹਰੀ ਤੋਂ ਬਿਨਾ ਹੋਰ ਕੁਝ ਨਾ ਵੇਖੋ ਸਾਰਿਆਂ ਚ ਹਰੀ ਦੀ ਜੋਤ ਹੈ ਸਭ ਮੇ ਜੋਤ ਜੋਤ ਐਸੋ ਜੋਤੀ ਸ਼ਾਮਾ ਪਿਤਾ ਜੋਤੀ ਤੁਮ ਸਾ ਪਰਮੁਚਿਤ ਸਾਰਿਆਂ ਚ ਉਹਦੀ ਜੋਤ ਹੈ ਪਰਮਾਤਮਾ ਦੀ ਕਿਸੇ ਜਗ੍ਹਾ ਘਟ ਨਹੀਂ ਕਿਸੇ ਜਗ੍ਹਾ ਵਧ ਨਹੀਂ ਜਿਮੀ ਉਹ ਜਮਾਨ ਵਿੱਚ ਸਮਸਤ ਇੱਕ ਜੋਤ ਹੈ ਨਾ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਹੋਤਾ ਹੈ ਅੱਖਾਂ ਨਾਲ ਉਹਦੀ ਜੋਤ ਵੇਖੇ ਸਾਰਿਆਂ ਚ ਸਭ ਜੀਆਂ ਚ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਬਾਬਤ ਦੱਸਿਆ ਸ਼ਾਸਤਰਾ ਚ ਜਿਹੜਾ ਗਊ ਵਿੱਚ ਕੁੱਤੇ ਚ ਬ੍ਰਾਹਮਣ ਚੰਡਾਲ ਚ ਇੱਕੋ ਹੀ ਬ੍ਰਹਮ ਨੂੰ ਵੇਖ ਰਿਹਾ ਹੈ ਸਮਝ ਲਓ ਬ੍ਰਹਮਾਕਾਰ ਬਿਰਤੀ ਸਾਰੇ ਚੋਰ ਸਭ ਬ੍ਰह्म ਪਛਾਨੋ ਬ੍ਰह्म ਦੀ ਸੇ ਬ੍ਰह्म ਸੁਣੀਏ ਏਕ ਏਕ ਵਖਾਣੀਏ ਇੱਕੋ ਹੀ ਏਕ ਸਾਰੇ ਅਸਮਾਨ ਮਿਹਾਨੇ ਲਾਂਗ ਦਰਿਆ ਗੁਸਲ ਕਰਦਨ ਬੂਧ ਹਿਰਦੇ ਰੂਪੀ ਅਸਮਾਨ ਇਕ ਚੇਤਨਾ ਰੂਪੀ ਦਰਿਆ ਵਗ ਰਿਹਾ ਹੈ ਉਹਦੇ ਚ ਇਸ਼ਨਾਨ ਕਰਨਾ ਸੀ ਗੁਸਲ ਕਰਨਾ ਸੀ ਸਾਰੀ ਉਮਰ ਬਤੀਤ ਹੋ ਗਈ ਉਹਦੇ ਟੁਬਾ ਨਾ ਲੱਗ ਸਕਿਆ ਇਸ਼ਨਾਨ ਨਾ ਹੋ ਸਕਿਆ ਇਸ਼ਨਾਨ ਸਾਡੇ ਮਨ ਦਾ ਤਾ ਹੋਵੇ ਜੇ ਆਪਾਂ ਅੱਖਾਂ ਨਾਲ ਸਾਰਿਆਂ ਚ ਉਹਨੂੰ ਵੇਖੀਏ ਰਸਨਾ ਦੇ ਨਾਲ ਉਹਦੇ ਗੁਣ ਗਾਵੀਏ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਜੇ ਚਰ ਹਰ ਰਸ ਪੱਲੇ ਨਾ ਪਾਏ ਪਾਏ ਪੱਲੇ ਪੀਏ ਹਰ ਰਸ ਬੌਰ ਨਾ ਤ੍ਰਿਸ਼ਨਾ ਲੱਗ ਗਏ ਆਏ ਆਹ ਨਰਸਾ ਜੀਤੇ ਤੇ ਚਾਖੇ ਨਿਮਕ ਨ ਤ੍ਰਿਸਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੇ ਸਾਦ ਚਖ ਤੋਏ ਰਹੇ ਬਿਸਮਾਦ ਰਸਨਾ ਨੂੰ ਮਹਾਰਜ ਜੀ ਆਂਦੇ ਨੇ ਜਿੰਨੇ ਵੀ ਤੂੰ ਰਸ ਚਖੇ ਨੇ ਤੈਨੂੰ ਕੋਈ ਤ੍ਰਿਪਤੀ ਆਈ ਹੈ ਰਸਾਂ ਚੋਂ ਇਸ ਤਰ੍ਹਾਂ ਤੂੰ ਫਿਰਦੀ ਨਹੀਂ ਕੜਛੀਆਂ ਫਿਰਨ ਸੋ ਨ ਜਾਣਨ ਸੁਣੀਆਂ ਜਿਵੇਂ ਕੜਛੀਆਂ ਸਾਰੇ ਭੋਜਨਾਂ 'ਚ ਫਿਰਦੀਆਂ ਨੇ ਤ੍ਰਿਪਤ ਨਹੀਂ ਹੁੰਦੀਆਂ ਕੀ ਸਵਾਦ ਇਸ ਤਰ੍ਹਾਂ ਇਹ ਰਸਨਾ ਜਿਹੜੀ ਤ੍ਰਿਪਤ ਨਹੀਂ ਹੋਈ ਬੜੇ ਰਸ ਚੱਖੇ ਪਰ ਮਾਰਿਆਂ ਨੇ ਜੇ ਨਾਮ ਦਾ ਰਸ ਤੂੰ ਚੱਖ ਲੈਂਦੀ ਤੇਰਾ ਰਾਜ ਹੋ ਜਾਂਦਾ ਤੂੰ ਤ੍ਰਿਪਤ ਹੋ ਜਾਂਦੀ ਤੂੰ ਲਵਾ ਲਵ ਭਰ ਜਾਂਦੀ ਫਿਰ ਦੁਬਾਰਾ ਤ੍ਰਿਸ਼ਨਾ ਨਹੀਂ ਸੀ ਰਹਿਣੀ ਆਘਾ ਜਾਣਾ ਸੀ ਤੂੰ ਆਘਾਨ ਦਾ ਮਤਲਬ ਕਿਰਤ 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 ਦਾ ਮਤਲਬ ਨਿਹਾਲ ਹੋ ਜਾਣਾ ਸੀ ਨਿਹਾਲ ਦਾ ਮਤਲਬ ਦੁਬਾਰਾ ਭੁੱਖ ਨਹੀਂ ਸੀ ਲਗਣੀ ਫਿਰ ਤੂੰ ਉਸ ਮਸਤੀ ਵਿੱਚ ਹੋਰ ਨਾ ਰਸਾਂ ਤੋਂ ਉਪਰਾਮ ਹੋ ਜਾਣਾ ਸੀ ਇਹ ਇਸ ਰਸ ਵਿੱਚ ਤੇਰਾ ਮਨ ਤ੍ਰਿਪਤ ਹੋ ਜਾਣਾ ਸੀ ਰਸਨਾ ਤ੍ਰਿਪਤ ਹੋ ਜਾਣੀ ਸੀ ਇਹ ਸਰਵ ਨੂੰ ਮੇਰਿਓ ਸੱਚੇ ਸੁਣਨੇ ਨੂੰ ਪਠਾਇ ਸਰੀਰ ਲੈ ਸੁਣੋ ਸਤ ਬਾਣੀ ਕੰਨਾਂ ਨੂੰ ਵੀ ਆਖਿਆ ਹੈ ਕੰਨੋ ਤੁਸੀਂ ਸੱਚਾ ਨਾਮ ਸੁਣਨ ਵਾਸਤੇ ਸਰੀਰ ਨਾਲ ਜੜੇ ਹੋਇਓ ਤੁਸੀਂ ਸੱਚੀ ਬਾਣੀ ਸੁਣੋ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਮਾਰੀ ਜਾਂਦੇ ਨੇ ਇਹੀ ਬਾਣੀ ਗੁਰੂ ਕੀ ਸਤ ਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ ਸੁਣਦੇ ਕੱਚੇ ਸੁਣਨ ਵਾਲੇ ਵੀ ਕੱਚੇ ਆਖਣ ਵਾਲੇ ਵੀ ਕੱਚੇ ਕੱਚੀ ਆਖ ਉਹ ਆ ਕੱਚਿਆਂ ਨੇ ਆ ਕੇ ਵਿਖਿਆਨ ਕੀਤਾ ਸੁਣਨਾ ਕੀ ਹੈ ਗੁਰੂ ਕੀ ਬਾਣੀ ਸੱਚੀ ਬਾਣੀ ਮਹਾਪੁਰਖਾਂ ਦੀ ਬਾਣੀ ਈਸ਼ਵਰੀ ਬਾਣੀ ਤੋ ਰੋ ਆਈ ਬਾਣੀ ਜਿਹਦੇ ਕਰਕੇ ਕੰਨ ਜਿਹੜੇ ਨੇ ਨਿਹਾਲ ਹੋ ਜਾਂਦੇ ਤ੍ਰਿਪਤ ਹੋ ਜਾਂਦੇ ਕੰਨਾਂ ਨੂੰ ਵੀ ਆਖਿਆ ਜੀਬ ਨੂੰ ਵੀ ਆਖਿਆ ਜੀਬ ਨੂੰ ਤੇ ਮਾਰਿਆ ਖੈ ਰੇ ਰਸਨਾ ਕਰੋ ਸਤਖੰਡ ਜਾਮਨਾ ਉਚਰ ਸ੍ਰੀ ਗੋਬਿੰਦ ਰੇ ਜੇਬੇ ਕਰੋ ਸਤਖੰਡ ਰੇ ਜੇਬੇ ਕਰੋ ਸਤਖੰਡ ਇਹ ਭਗਤਾਂ ਦੀ ਬਾਣੀ ਹੈ हे ਜੀਵ ਮੈਂ ਤੇਰਾ ਸੋ ਟੋਟਾ ਕਰਦਿਆਂ ਜਾਮਨਾ ਉਚਰ ਸ੍ਰੀ ਗੋਬਿੰਦ ਭਗਤ ਨਾਮਦੇਵ ਜੀ ਤੇ ਆਖਿਆ ਜੋ ਨਾ ਭਜੰਤੇ ਨਾਰਾਇਣ ਤੈਨ ਕਾ ਮੈਂ ਨਾ ਕਰੂੰ ਦਰਸਨਾ ਜਿਹੜੇ ਨਰੈਣ ਦਾ ਸਿਮਰਨ ਨਹੀਂ ਕਰਦੇ ਮੈਂ ਤੇ ਉਹਨਾਂ ਦਾ ਦਰਸ਼ਨ ਹੀ ਨਹੀਂ ਕਰਨਾ ਚਾਹੁੰਦਾ ਮੈਂ ਉਹਨਾਂ ਦੇ ਮੱਥੇ ਹੀ ਨਹੀਂ ਲੱਗਣਾ ਚਾਹੁੰਦਾ ਉਹ ਤੇ ਮਹਾਨ ਪਾਪੀ ਨੇ ਪਤਤ ਨੇ ਇਹੋ ਜਿਹਾਂ ਦਾ ਮੈਂ ਦਰਸ਼ਨ ਨਹੀਂ ਕਰਨਾ ਚਾਹੁੰਦਾ ਜਿਹੜੇ ਪ੍ਰਭੂ ਪਰਮਾਤਮਾ ਤੋਂ ਵਾਂਝੇ ਹੋਏ ਨੇ ਤੇ ਗੁਰੂ ਅਰਜਨ ਸਾਹਿਬ ਤੇ ਇਸ ਤੋਂ ਵੀ ਜ਼ਿਆਦਾ ਜੀਵ ਨੂੰ ਤਾੜ ਨਾ ਕਰਦੇ ਨੇ ਗੁਰੂ ਅਰਜਨ ਸਾਹਿਬ ਆਪਣੀ ਬਾਣੀ ਚ ਆਖਿਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟਿਏ ਹਰਿਆ ਜੰਬਿ ਸਰੇ ਗੋਬਿੰਦ ਰਾਏ ਦਿਨੋ ਦਿਨ ਕਟਿਏ ਜਿਹੜੀ ਜੀਵ ਸਿਮਰਨ ਨਹੀਂ ਕਰਦੀ ਤਿਲ ਤਿਲ ਕਰਕੇ ਕੱਟ ਦਿਓ ਇਸੇ ਕੰਮ ਦੀ ਨਹੀਂ ਹੈ ਕਿਸੇ ਕੰਮ ਦੀ ਉਹਦੇ ਡੱਡੂ ਦੀ ਜੀਬ ਵਰਗੀ ਹੈ ਐਵੇਂ ਗੜੈ ਗੜੈ ਬੋਲਦੀ ਬੇਅਰਥ ਬੇਅਰਥ ਪਰਲਾ ਬੇਅਰਥ ਬੋਲਣਾ ਕੋਈ ਉਹਦਾ ਫਾਇਦਾ ਨਹੀਂ ਜੀਵ ਨੂੰ ਰਸਨਾ ਨੂੰ ਗੁਰੂ ਸਾਹਿਬ ਨੇ ਸਮਝਾਇਆ ਹੈ ਤਾੜਨਾ ਕੀਤੀ ਹੈ ਜੇ ਨਾਮ ਨਾ ਜਪੇਗੀ ਤਿਲ ਤਿਲ ਕਰਕੇ ਕੱਟੀ ਜਾਏਗੀ ਕੰਨਾ ਨੂੰ ਭਗਤ ਫਰੀਦ ਜੀ ਨੇ ਤੇ ਸਿਰ ਨੂੰ ਵੀ ਬੜੀ ਲਾਹਨਤ ਪਾਈਏ ਬੜੀ ਤਾੜਨਾ ਕੀਤੀ ਹੈ ਬੜੇ ਕਠੋਰ ਸ਼ਬਦ ਨਾਲ ਇਹਨੂੰ ਤਾੜਨਾ ਕੀਤੀ ਕੀ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੇ ਕਾਏ ਕੁੰਨੇ ਹੀਠ ਜਲਾਈਏ ਬਾਲਣ ਸੰਦੇ ਥਾਂ ਭਗਤ ਫਰੀਦ ਜੀ ਆਂਦੇ ਨੇ ਜਿਹੜਾ ਸਿਰ ਗੁਰੂ ਅੱਗੇ ਨਹੀਂ ਨਿਉਂਦਾ ਉਹ ਸਿਰ ਦਾ ਕੀ ਕਰਨਾ ਚਾਹੀਦਾ ਆਨੇ ਕੁੰਨੇ ਜਲਾਈਏ ਕੁੰਨਾ ਦੇ ਨੇ ਤੌੜੀ ਨੂੰ ਜਿਹੜੀ ਤੌੜੀ ਇਹ ਚ ਜਿਹੜੀ ਵਟੋਈ ਇਹ ਚ ਜਿਹੜੀ ਹਾਂਡੀ ਇਹ ਚ ਜਿਹੜੇ ਪਤੀਲੇ ਇਹ ਚ ਆਪਾਂ ਸਾਗ ਸਬਜ਼ੀ ਬਣਾਣੇ ਉਹਦੇ ਥੱਲੇ ਅੱਗ ਬਾਲਨੇ ਆ ਉਹਦੇ ਥੱਲੇ ਲੱਕੜੀਆਂ ਅਸੀਂ ਬਾਲਨੇ ਆ ਆਨੇ ਲੱਕੜੀਆਂ ਦੇ ਥਾਂ ਉਹ ਸਿਰ ਬਾਲੋ ਜਿਹੜਾ ਸਿਰ ਸਾਈਂ ਅਗਨੀ ਨਹੀਂ ਆਉਂਦਾ ਜਿਹੜਾ ਮੱਥਾ ਗੁਰੂ ਦੇ ਚਰਨਾਂ ਤੇ ਨਹੀਂ ਝੁਕਦਾ ਉਸ ਮੱਥੇ ਦਾ ਸਿਰ ਦਾ ਕੀ ਕਰੀਏ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੀਜੇ ਕਾਏ ਕੁੰਨੇ ਢ ਜਲਾਈਏ ਬਾਲਣ ਸੰਦੇ ਥਾ ਹੁਣ ਤੇ ਤੌੜੀ ਥੱਲੇ ਡਾਹ ਦਿਓ ਚੁੱਲ੍ਹੇ ਚ ਡਾਹ ਦਿਓ ਬਾਲਣ ਦੇ ਥਾਂ ਤੇ ਬਲ ਜਾ ਸੜ ਜਾ ਸੁਆਹ ਹੋ ਜਾ ਪਸਮ ਹੋ ਜਾ ਕੀ ਫਾਇਦਾ ਢੜ ਦੇ ਉੱਤੇ ਸਿਰ ਦਾ ਕੋਈ ਫਾਇਦਾ ਨਹੀਂ ਇੱਕ ਵਾਰ ਭਗਤ ਫਰੀਦ ਜੀ ਨੂੰ ਚੰਗੀ ਪੱਗ ਦਿੱਤੀ ਕਿਸੇ ਭਗਤ ਸਿਰ ਤੇ ਪੱਗ ਬੰਨ੍ਹ ਲਈ ਗੁਰੂ ਦੇ ਦਰਸ਼ਨਾਂ ਵਾਸਤੇ ਜਾ ਰਹੇ ਸੀ ਗੁਰੂ ਅੱਗੋਂ ਆ ਰਹੇ ਸੀ ਸੜਕੇ ਸੜਕ ਕੱਚੀ ਸੜਕ ਧੂੜ ਉੱਡ ਰਹੀ ਸੀ ਕਟਾ ਉੱਡ ਰਿਆ ਸੀ ਕੋਈ ਗੁਰੂ ਆਪਣੀ ਮਸਤੀ ਜਿ ਟੁਰ ਰਿਹਾ ਸੀ ਧੂੜ ਤੋਂ ਮਰੇ ਸੀ ਭਗਤ ਫਰੀਦ ਜੀ ਸੋਚਿਆ ਜੇ ਚਰਨਾ ਤੇ ਮੱਥਾ ਟੇਕਿਆ ਤੇ ਮਨੈ ਖਿਆਲ ਆਇਆ ਵੀ ਮੇਰੀ ਪੱਗ ਨਵੀਂ ਅਜੋ ਹੀ ਬੱਦੀ ਹੁਨੇ ਉਹਨੇ ਬੱਦੀ ਏ ਪੱਗ ਪੱਗ ਮੈਲੀ ਹੋ ਜਾਏਗੀ ਮਿੱਟੀ ਲੱਗ ਜਾਏਗੀ ਘੱਟਾ ਲੱਗ ਜਾਏਗਾ ਅਜੇ ਹੁਨੇ ਉਹਨੂੰ ਤੇ ਸਿਰ ਤੇ ਬੱਦੀ ਏ ਰੱਖੀ ਏ ਕੋਰੀ ਪੱਗ ਹੈ ਤੇ ਇੱਕ ਦੋ ਦਿਨ ਵੀ ਨਹੀਂ ਹੋਏ ਬਸ ਕਈ ਤਾਦ ਦਾ ਘੜੀਆਂ ਪਾਲੀ ਹੋਏ ਸੀ ਬੱਦੀ ਨੂੰ ਆਪਣੇ ਮਨ ਨੂੰ ਭਗਤ ਫਰੀਦ ਜੀ ਨੇ ਮਤ ਦਿੰਦਿਆ ਹੋਇਆ ਫਰਮਾਇਆ ਕਿ ਮਨਾ ਤੇਰੇ ਚੇ ਖਿਆਲ ਕਿਉਂ ਆਇਆ ਇਹ ਖਿਆਲ ਤੇ ਬਹੁਤ ਘਟੀਆ ਖਿਆਲ ਹੈ ਆਪਣੇ ਮਨ ਨੂੰ ਫਿਰ ਵਿਰਾਗ ਵਿੱਚ ਲਾਏ ਗਏ ਪ੍ਰੇਮ ਵਿੱਚ ਲਾਏ ਗਏ ਆਂਦੇ ਨੇ ਇਹ ਸ਼ਲੋਕ ਭਗਤ ਫਰੀਦ ਦਾ ਹੈ ਗੁਰਬਾਣੀ ਵਿੱਚ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ ਗਹਿਲਾ ਰੂ ਨਾ ਜਾਣਦਾ ਸਿਰ ਵੀ ਮਿੱਟੀ ਖਾਏ ਆਂਦਾ ਵਮਣਾ ਤੂੰ ਆਣਾ ਤੇ ਮੱਥਾ ਟੇਕਿਆ ਗੁਰੂ ਦੇ ਚਰਨਾਂ ਤੇ ਤੇ ਗੁਰੂ ਆ ਰਹੇ ਨੇ ਸੜਕੇ ਸੜਕ ਉਹਨਾਂ ਦੇ ਟੁਰਨ ਨਾਲ ਘਟਾ ਮਿੱਟੀ ਉੱਡ ਰਿਆ ਮੈਂ ਜਦੋਂ ਚਰਨਾਂ ਤੇ ਮੱਥਾ ਟੇਕਿਆ ਮੇਰੀ ਪੱਗ ਮੈਲੀ ਹੋ ਜਾਏਗੀ ਮਿੱਟੀ ਲੱਗ ਜਾਏਗੀ ਪਰ ਆਪਣੇ ਮਨ ਨੂੰ ਆਂਦੇ ਨੇ ਗੈ ਲਾਰੂ ਨਾ ਜਾਣਦਾ ਸਿਰ ਵੀ ਮਿੱਟੀ ਖਾਏ ਆਂਦੇ ਨੇ ਤੈਨੂੰ ਪੱਗ ਦੀ ਪਈ ਤੈਨੂੰ ਪੱਗ ਦੀ ਚਿੰਤਾ ਹੈ ਤੈਨੂੰ ਮੜਾ ਨਹੀਂ ਪਤਾ ਇਹ ਗੱਲ ਤੂੰ ਭੁੱਲ ਗਿਆ ਇਹ ਸਿਰ ਨੂੰ ਵੀ ਮਿੱਟੀ ਖਾ ਜਾਣਾ ਇਹ ਸਿਰ ਵੀ ਖਾ ਖਾ ਕੇ ਚਰਲ ਜਾਣਾ ਇਹ ਤੁਸਨਾਣੇ ਭੋਏ ਸੋਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕੱਠ ਪਿਆ ਆਂ ਪਾਸ ਮਿੱਟੀ ਪਈ ਅਤੋਲ ਵੀ ਕੋਈ ਨਾ ਹੋ ਸੀ ਮਿੱਤ ਜਦੋਂ ਕਬਰੇ ਦਫਨਾਉਂਦੇ ਨੇ ਤੇ ਕੋਈ ਤੋਲ ਕੇ ਥੋੜਾ ਮਿੱਟੀ ਪਾਉਂਦੇ ਨੇ ਪਤਾ ਨਹੀਂ ਕਿੰਨੀ ਕੋਈ ਮਿੱਟੀ ਪੈ ਜਾਂਦੀ ਬਿਨਾ ਪ੍ਰਭੂ ਭਗਤੀ ਤੋਂ ਇੱਕ ਇੱਕ ਅੰਗ ਨੂੰ ਉਪਦੇਸ਼ ਕਿਉਂ ਦਿੱਤਾ ਹੈ ਵੀ ਇਹ ਸਾਡੇ ਸਾਰੀਆਂ ਇੰਦਰੀਆਂ ਜਿਹੜੀਆਂ ਨੇ ਇਹ ਗੁਣਾਵਾਲੀਆਂ ਹੋ ਜਾਣ ਚੰਗੇ ਗੁਣ ਧਾਰਨ ਕਰਨ ਅੱਖਾਂ ਕਰਕੇ ਪ੍ਰਭੂ ਦੀ ਜੋਤ ਵੇਖਣ ਸਾਰਿਆਂ ਚ ਕੰਨਾਂ ਨਾਲ ਪ੍ਰਭੂ ਦੇ ਜਸ ਸੁਣਨ ਉਹਦੇ ਗੁਣ ਸੁਣਨ ਜੀਵ ਦੇ ਨਾਲ ਰਸਨਾ ਦੇ ਨਾਲ ਪ੍ਰਭੂ ਪਰਮਾਤਮਾ ਦੀ ਵਡਿਆਈ ਸਿਫਤ ਕਰਨ ਤੇ ਸਿਰ ਜਿਹੜਾ ਹੈ ਬਾਰ ਬਾਰ ਡੰਡੌਤ ਕਰੇ ਨਮਸਕਾਰ ਕਰੇ ਡੰਡੌਤ ਬੰਦਨ ਅਨਕ ਬਾਰ ਇੱਕ ਵਾਰ ਨਹੀਂ ਆਖਿਆ ਮਹਾਰਾਜ ਜੀ ਨੇ ਗੁਰੂ ਸਾਹਿਬ ਆਖਿਆ ਡੰਡੌਤ ਬੰਦਨਾ ਨਮਸਕਾਰ ਬਾਰ ਬਾਰ ਗੁਰੂ ਅੱਗੇ ਕਰੋ ਪ੍ਰਭੂ ਅੱਗੇ ਕਰੋ ਮੁਸਲਮਾਨ ਪੰਜ ਵੇਲੇ ਨਮਾਜ਼ ਪੜ੍ਹਦੇ ਨੇ ਮਸਜਿਦ ਭਗਤ ਫਰੀਦ ਵੀ ਆਖਿਆ ਕਬੀ ਚਲਣਾ ਆਇਓ ਪੰਜੇ ਵਕਤ ਮਸਜਿਦ ਫਰੀਦਾ ਬੇਨਿਵਾਜਾ ਕੁੱਤਿਆ ਇਹਨਾਂ ਭਲੀ ਰੀਤ ਪੰਜ ਵੇਲੇ ਮੱਥਾ ਜਿਹੜਾ ਹੈ ਗੁਰੂ ਅੱਗੇ ਕਸਾਓ ਸਿਰ ਗੁਰੂ ਅੱਗੇ ਰੱਖੋ ਬਾਰ-ਬਾਰ ਨਮਸਕਾਰ ਕਰੋ ਦੰਡਾਉ ਤੋਂ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਕਰ ਹੱਥ ਕੀਰਤਨ ਸੋਲੇ ਚ ਹਰ ਰੋਜ ਅਸੀਂ ਪੜਦੇ ਸੁਣਨੇ ਆ ਪਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਅੰਜਲੀ ਆਂਦੇ ਨੇ ਦੋ ਹੱਥ ਜੋੜ ਕੇ ਨਮਸਕਾਰ ਕਰਨੀ ਗੁਰੂ ਸਾਹਿਬ ਵੰਦਨੇ ਵੱਡਾ ਪੁੰਨ ਹੈ ਗੁਰੂ ਨੂੰ ਸਾਧੂ ਨੂੰ ਸੰਤਾਂ ਨੂੰ ਇਸ਼ਟ ਨੂੰ ਸਭ ਨੂੰ ਹੱਥ ਜੋੜ ਕੇ ਜਾਂ ਡੰਡੇ ਆਂਗੂ ਲੰਮੇ ਪੈ ਕੇ ਅਠ ਆਂਗ ਲਾ ਕੇ ਡੰਡਾਉਤ ਕਰਨੀ ਇਹਦਾ ਵੱਡਾ ਪੁੰਨ ਹੈ ਕਰ ਸਾਧੂ ਅंजलि ਪੁੰਨ ਵੱਡਾ ਹੈ ਸਾਧੂ ਅੱਗੇ ਹੱਥ ਜੋੜ ਕੇ ਨਮਸਕਾਰ ਕਰਨੀ ਵੱਡਾ ਪੁੰਨ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਤੇ ਡੰਡਾਉਤ ਕਰਨੀ ਉਹ ਤੋਂ ਵੀ ਵੱਡਾ ਪੁੰਨ ਹੈ ਸਾਰੇ ਸਰੀਰ ਨੂੰ ਹੀ ਗੁਰੂ ਅੱਗੇ ਸਮਰਪਣ ਕਰ ਦਿੱਤਾ ਹੈ ਇਹ ਸਰੀਰਾ ਮੇਰੇ ਇਸ ਜਗ ਮੇ ਆਏ ਕਿ ਕਿਆ ਤੁਦ ਕਰਮ ਕਮਾਇਆ ਇਹ ਕਰਮ ਕਮਾਇਆ ਤੁੱਧ ਸਰੀਰਾ ਜਾ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਏਕ ਏਕ ਅੰਗ ਨੂੰ ਉਪਦੇਸ਼ ਦਿੱਤਾ ਹੈ ਤ੍ਰਿਗ ਸੇਵਾ ਬਿਨ ਹੱਥ ਪੈਰੋਂ નિਫਲ ਕਰਨੀ ਸੇਵਾ ਤੋਂ ਬਿਨਾ ਹੱਥ ਪੈਰ ਵੀ ਨਿਸਫਲ ਦੱਸੇ ਨੇ ਮਹਾਰਾਜ ਜੀ ਸਿਰ ਵੀ ਨਿਸਫਲ ਦੱਸਿਆ ਹੈ ਅੱਖੀ ਵੀ ਨਿਸਫਲ ਦਸੀਆਂ ਨੇ ਕੰਨ ਵੀ ਜਿਨ ਪ੍ਰਭੂ ਪਰਮਾਤਮਾ ਦਾ ਜਸ ਉਹ ਦੀ ਬਾਣੀ ਨਹੀਂ ਸੁਣਦੇ ਤੇ ਕੰਨ ਵੀ ਸੱਪ ਦੀ ਖੋਡ ਵਾਂਗ 无ਸਫਲ ਨੇ ਕਿਸੇ ਕੰਮ ਦੇ ਨਹੀਂ ਮਤਲਬ ਇੱਕ ਇੱਕ ਅੰਗ ਨੂੰ ਉਪਦੇਸ਼ ਕਿਉਂ ਦਿੱਤਾ ਵੀ ਸਾਡਾ ਜਿਹੜਾ ਤਨ ਹੈ ਇਹ ਵੀ ਸਫਲ ਹੋ ਜਾਏ ਗੁਰੂ ਭਗਤੀ ਕਰਕੇ ਸੇਵਾ ਕਰਕੇ ਅੱਖਾਂ ਸਫਲੀਆਂ ਹੋ ਜਾਣ ਪਵਿੱਤਰ ਹੋ ਜਾਣ ਕੰਨ ਸਫਲ ਹੋ ਜਾਣ ਪਵਿੱਤਰ ਹੋ ਜਾਣ ਨੇਤਰ ਸਫਲ ਹੋ ਜਾਣ ਪਵਿੱਤਰ ਹੋ ਜਾਣ ਰਸਨਾ ਜਿਹੜੀ ਇਹ ਵੀ ਮਹਾਨ ਪਵਿੱਤਰ ਹੋ ਜਾਏ ਹੱਥ ਪੈਰ ਪਵਿੱਤਰ ਹੋ ਜਾਣ ਸਿਰ ਵੀ ਪਵਿੱਤਰ ਹੋ ਜਾਏ ਪ੍ਰਭੂ ਪਰਮਾਤਮਾ ਅਗੇ ਸਮਰਪਣ ਹੋ ਜਾਏ ਚੰਗੀ ਤਰ੍ਹਾਂ ਤਨ ਕਰਕੇ ਵੀ ਤੇ ਮਨ ਕਰਕੇ ਵੀ ਮਾਣੇ ਚ ਅਠੇ ਪਾਰ ਗੁਰੂ ਦਾ ਧਿਆਨ ਰਹਿ ਹੱਥ ਪਾਉ ਸਭ ਕਾਮ ਕਰ ਚੀਤ ਨਰੰਜਨ ਨਾਲ ਚਿੱਤ ਜਿਹੜਾ ਹੈ ਨਰੰਜਨ ਨਾਲ ਲੱਗਾ ਰਹੇ ਉਹਦਾ ਚਿੰਤਨ ਚੱਲਦਾ ਰਹੇ ਉਹਦਾ ਹੀ ਧਿਆਨ ਰਹੇ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਰਹੇ ਜਦੋਂ ਮਾਣੇ ਚ ਵੀ ਗੁਰੂ ਵਸ ਜੈ ਪ੍ਰਭੂ ਵਸ ਜੈ ਧਾਣੇ ਚ ਵੀ ਪ੍ਰਭੂ ਵਸ ਜੈ ਗੁਰੂ ਵਸ ਜੈ ਤੇ ਫਿਰ ਮਨ ਵੀ ਪਵਿੱਤਰ ਹੋ ਗਿਆ ਧਨ ਵੀ ਪਵਿੱਤਰ ਹੋ ਗਿਆ ਇਹੋ ਜਿਹੜਾ ਪਵਿੱਤਰ ਤਨ ਹੈ ਪਵਿੱਤਰ ਮਨ ਹੈ ਉਹਦੇ ਉੱਤੇ ਨਿਸ਼ਾਨ ਲੱਗਦਾ ਹੈ ਰਹਿਮਤ ਦਾ ਉਹਦੇ ਉੱਤੇ ਸਟਾਰ ਲੱਗਦਾ ਹੈ ਉਹਨੂੰ ਫੀਤਾ ਲੱਗਦਾ ਹੈ ਉਹ ਫਿਰ ਜਿਵੇਂ ਸਰਕਾਰੀ ਬੰਦਾ ਗਿਣਿਆ ਜਾਂਦਾ ਹੈ ਇਸ ਤਰ੍ਹਾਂ ਪਰਮੇਸ਼ਰ ਜਿਹੜਾ ਹੀ ਹੈ ਉਹ ਵੱਡੀ ਸਰਕਾਰ ਹੈ ਉਹ ਵੱਡੀ ਹਕੂਮਤ ਹੈ ਉਹ ਰਾਜਿਆਂ ਦਾ ਰਾਜਾ ਮਹਾਰਾਜਾ ਹੈ ਉਹ ਸ਼ਾਹ ਸ਼ੇਨ ਸ਼ਾਹ ਹੈ ਸ਼ਾਹ ਸ਼ੇਨ ਸ਼ਾਹ ਗੁਰੂ ਗੋਬਿੰਦ ਸਿੰਘ ਹੈ ਉਹ ਰਾਜਨ ਕੇ ਰਾਜਾ ਹੈ ਉਹ ਮਹਾਰਾਜਨ ਕੇ ਮਹਾਰਾਜ ਹੈ नुर्जर्ण रूप हो के सुंदर स्वरूप हो के पूपन के पूप हो के दाता महादान हो प्राण के बचैया दूध पूत के दिवैया रोग सोग के मिटैया कि दो मानी महमान हो विद्या के विचार हो के अवतार हो के सिद्धता की सूरत हो के शुद्धता की शान हो जोवन के जाल हो के काल हो को काल हो सतरन के सूल हो के मित्रण के प्राण हो ये परमेश्वर दी वडयाई है ਉਹਦੇ ਗੁਣ ਨੇ ਉਹਦਾ ਸੁਭਾਅ ਹੈ ਉਹਦੀ ਪ੍ਰਕਿਰਤੀ ਹੈ ਪ੍ਰਮਾਤਮਾ ਦੀ ਸੋ ਪ੍ਰਭੂ ਪ੍ਰਮਾਤਮਾ ਦੀ ਰਹਿਮਤ ਰੂਪੀ ਨਿਸ਼ਾਨ ਉਹਨਾਂ ਗੁਰਮਖਾਂ ਤੇ ਭਗਤਾਂ ਤੇ ਉੱਕਰਿਆ ਜਾਂਦਾ ਹੈ ਇਹ ਉਹਨਾਂ ਨੂੰ ਸਤਕਾਰ ਮਿਲਦਾ ਹੈ ਗੁਰੂ ਦਰ ਤੋਂ ਪ੍ਰਭੂ ਦਰ ਤੋਂ ਅਮੋਲ ਬਖਸ਼ੀਸ ਅ ਮੋਹਰ ਨਿਸ਼ਾਨ ਬੇਮੁੱਲੀ ਬਖਸ਼ਿਸ਼ ਬੇਮੁੱਲੇ guna ਬੇਮੁੱਲੀ ਭਗਤੀ ਕਰਕੇ ਬੇਮੁੱਲੀ ਬਖਸ਼ਿਸ਼ ਮਿਲੀ ਤੇ ਬੇਮੁੱਲਾ ਨਿਸ਼ਾਨ ਹੈ ਇਹ ਕਿਸੇ ਮੁੱਲ ਕਰਕੇ ਨਹੀਂ ਤੇ ਨਾ ਹੀ ਇਹਦਾ ਕੋਈ ਮੁੱਲ ਦੇ ਸਕਦਾ ਹੈ ਕਿਸੇ ਤੇ ਰਹਿਮਤ ਹੋ ਜਾਏ ਪ੍ਰਭੂ ਪਰਮਾਤਮਾ ਦੀ ਰਹਿਮਤ ਦਾ ਨਿਸ਼ਾਨ ਪੈ ਜਾਏ ਇਹ ਮੋਹਰ ਲੱਗ ਜਾਏ ਇਹ ਕਿਸੇ ਮੁੱਲ ਨਾਲ ਨਹੀਂ ਮਿਲੀ ਨਾ ਇਹਦਾ ਕੋਈ ਮੁੱਲ ਪਾ ਸਕਦਾ ਹੈ ਨਾ ਇਹ ਮੁੱਲ ਦੇ ਕੇ ਖਰੀਦ ਸਕਦਾ ਹੈ ਮਾਨਕ ਮੋਤੀ ਨਾਮ ਪ੍ਰਭ ਨੂੰ ਲੱਗੇ ਨਾ ਹੀ ਸੰਨ ਮਹਾਰਾਜ ਜੀ ਆਹ ਪ੍ਰਭੂ ਪਰਮਾਤਮਾ ਦਾ ਨਾਮ ਬੇਮੁੱਲਾ ਮਾਨਕ ਏ ਜਿਹਨੂੰ ਸੰਨ ਨਹੀਂ ਲੱਗਦੀ ਹੀਰਾ ਹੱਥ ਚੜ੍ਹੋ ਨਿਰਮੋਲਕ ਛੂਟ ਗਈ ਸੰਸਾਰੀ ਇਹ ਬੇਮੁੱਲਾ ਹੀਰਾ ਹੈ ਨਿਰਮੋਲਕ ਹੈ ਇਹਦਾ ਕੋ ਮੁੱਲ ਨਹੀਂ ਹੈ ਮੋਲ ਨਾ ਪਾਈਏ ਗੁਣੇ ਅਮੋਲ ਇਹ ਕਿਸੇ ਸੰਸਾਰੀ ਮੋਲ ਨਾਲ ਇਹ ਅਮੋਲ ਗੁਣ ਬੇਮੁੱਲੇ ਗੁਣ ਪ੍ਰਾਪਤ ਨਹੀਂ ਹੁੰਦੇ ਇਸੇ ਕਲੋਂ ਇਹ ਬੇਮੁੱਲੇ ਗੁਣ ਜਿਹਦੇ ਹਿਰਦੇ 'ਚ ਨੇ ਬੇਮੁੱਲੀ ਸ਼ਰਧਾ ਹੈ ਬੇਮੁੱਲੀ ਭਗਤੀ ਹੈ ਬੇਮੁੱਲੀ ਨਿਮਰਤਾ ਹੈ ਬੇਮੁੱਲਾ ਵਿਸ਼ਵਾਸ ਹੈ ਬੇਮੁੱਲੇ ਗੁਣ ਨੇ ਬੇਮੁੱਲਾ ਸੰਤੋਖ ਹੈ ਬੇਮੁੱਲਾ ਸੰਯਮ ਹੈ ਇਹੋ ਜੇ ਗੁਨਾ ਕਰਕੇ ਬਖਸ਼ਿਸ਼ ਦਾ ਨਿਸ਼ਾਨ ਪੈ ਗਿਆ ਉਹਦਾ ਕੋਹੈ ਮੁੱਲਾ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਤੇ ਬੇਮੁੱਲਾ ਉਹਦਾ ਕਰਮ ਹੈ ਬੇਮੁੱਲਾ ਕਰਮ ਦਾ ਮਤਲਬ ਕਿਰਪਾ ਬੇਮੁੱਲਾ ਹੁਣ ਉਹਦਾ ਕਰਮ ਹੈ ਆ ਮੁੱਲ ਕਰਮ ਕਰਮ ਇਥੇ ਕਿਰਪਾ ਦਾ ਅਰਥ ਰੱਖਦਾ ਹੈ ਅਮੁੱਲ ਫਰਮਾਨ ਉਹਦਾ ਜਿਹੜਾ ਫਰਮਾਨ ਹੁੰਦਾ ਹੈ ਨਾ ਹੁਕਮ ਇਹ ਵੀ ਬੇਮੁੱਲਾ ਹੈ ਉਹਦੇ ਹੁਕਮ ਦਾ ਕੋਈ ਮੁੱਲ ਨਹੀਂ ਹੈ ਨਾ ਕਿਸੇ ਮੂਲ ਨਾਲ ਉਹਦਾ ਫਰਮਾਨ ਹੋਇਆ ਨਾ ਕਿਸੇ ਮੂਲ ਨਾਲ ਹੋ ਫਰਮਾਨ ਨੂੰ ਕੋਈ ਮੋੜ ਹੀ ਸਕਦਾ ਹੈ ਉਹਦਾ ਫਰਮਾਨ ਜਿਹੜਾ ਹੈ ਬੇਮੁੱਲਾ ਹੈ ਅਮੁੱਲੋ ਅਮੁੱਲ ਆਖਿਆ ਨਾ ਜਾਏ ਪ੍ਰਭੂ ਪਰਮਾਤਮਾ ਖੋਦ ਵੀ ਅਮੁੱਲ ਹੈ ਉਹਦਾ ਨਾਮ ਵੀ ਅਮੁੱਲ ਹੈ ਉਹਦੇ ਖਰੀਦਾਰ ਉਹ ਵੀ ਅਮੁੱਲ ਨੇ ਜਿਹੜੇ ਗੁਰਮਖ ਨੇ ਸਿੱਖ ਨੇ ਭਗਤ ਨੇ ਸੰਤ ਨੇ ਸਾਧੂ ਨੇ ਇਸ ਰਸਤੇ ਦੇ ਰਾਹੀਰ ਨੇ ਹਮ ਰਾਹੀ ਨੇ ਉਹ ਵੀ ਬੇਮੁੱਲੇ ਨੇ ਅਮੁੱਲੋ ਅਮੁੱਲ ਇਹ ਸਭ ਕੁਝ ਅਮੁੱਲੋ ਹੀ ਮੁੱਲ ਹੈ ਇਹ ਜਿੰਨੇ ਇਸ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਿਣ ਕੇ ਆਏ ਨੇ ਦਾਸ ਆਏ ਨੇ ਮਤਲਬ ਕਿਸੇ ਵੀ ਤਰ੍ਹਾਂ ਸਾਡਾ ਮਨ ਪ੍ਰਭੂ ਦਾ ਪ੍ਰੇਮੀ ਹੋ ਜਾਏ ਕਿਸੇ ਤਰ੍ਹਾਂ ਵੀ ਗੁਰੂ ਚਰਨਾਂ ਨਾਲ ਜੁੜ ਜਾਏ ਕੋਈ ਗੱਲ ਸਾਡੇ ਜਿਹਨ ਵਿੱਚ ਵਹਿ ਜਾਏ ਕੋਈ ਅੱਖਰ ਅਸੀਂ ਮੰਨ ਲਈਏ ਧਾਰਨ ਕਰ ਲਈਏ ਸਾਡੀ ਕਲਿਆਣ ਹੋ ਜਾਏ ਅਸੀਂ ਆਪਣੇ ਘਰ ਆਪੜ ਜਾਈਏ ਸਾਨੂੰ ਆਪਣੇ ਵਤਨ ਦੀ ਸੋਝੀ ਹੋ ਜਾਏ ਆਪਾਂ ਪ੍ਰਦੇਸ਼ ਵਿੱਚੋਂ ਆਪਣੇ ਦੇਸ਼ ਨੂੰ ਜਾ ਸਕੀਏ ਸਾਨੂੰ ਉਹਦੇ ਗੁਨਾ ਦਾ ਪਤਾ ਲੱਗੇ ਸਾਨੂੰ ਉਥੋਂ ਦੇ ਸੁੱਖ ਦਾ ਪਤਾ ਲੱਗੇ ਉਹ ਸ਼ਾਂਤੀ ਦਾ ਉਸ ਆਨੰਦ ਦਾ ਗੁਰੂ ਮਹਾਰਾਜ ਜੀ ਸਾਨੂੰ ਅਨੇਕ ਤਰ੍ਹਾਂ ਕਈ ਜੁਗਤੀਆਂ ਨਾਲ ਕਈ ਉਕਤੀਆਂ ਨਾਲ ਜੋੜਦੇ ਨੇ ਪ੍ਰਭੂ ਪਰਮਾਤਮਾ ਨਾਲ ਬੜੇ-ਬੜੇ ਸੋਹਣੇ ਉਦਾਹਰਣ ਦ੍ਰਿਸ਼ਤਾਂਤ ਦੇ ਦੇ ਕੇ ਭਈ ਕਿਸੇ ਤਰ੍ਹਾਂ ਇਹ ਮਨੁੱਖ ਦੀ ਜਿਹੜੀ ਹੈ ਬੜੀ ਕੀਮਤੀ ਹੈ ਇਹ ਵੀ ਬਹੁਤ ਮੁੱਲੀ ਹੈ ਇਹ ਵੀ ਪ੍ਰਭੂ ਪਰਮਾਤਮਾ ਦੀ ਰਹਿਮਤ ਦੀ ਮਹਤਾਜ ਹੈ ਇਹ ਮਨੁੱਖ ਦੀ ਬਾਰ ਬਾਰ ਮਿਲਦੀ ਨਹੀਂ ਕਿਸੇ ਤਰ੍ਹਾਂ ਸਫਲ ਹੋ ਜਾਏ ਕਿਸੇ ਤਰ੍ਹਾਂ ਸਾਡਾ ਜਮਨਾ ਮਰਨਾ ਮਿਟ ਜਾਏ ਚਰਾਸੀ ਦੇ ਚੱਕਰ ਤੋਂ ਬਚ ਜਾਈਏ ਇਹਨਾਂ ਦੁੱਖਾਂ ਝਮੇਲਿਆਂ ਤੋਂ ਬਚ ਜਾਈਏ ਇਸ ਨਰਕ ਤੋਂ ਇਸ ਦੁੱਖ ਇਹ ਕਲਾ ਕਲੇਸ਼ ਤੋਂ ਕਸ਼ਟ ਤੋਂ ਕਿਸੇ ਤਰ੍ਹਾਂ ਆਪਾਂ ਬਚ ਸਕੀਏ ਨਿਕਲ ਜਾਈਏ ਇਸ ਮੇਲੇ ਚੋਂ ਗੁਰੂ ਮਹਾਰਾਜ ਜੀ অতি ਰਹਿਮਤ ਕਰ ਰਹੇ ਨੇ ਬੜੇ করুণਾਵਾਨ ਨੇ ਉਹਨਾਂ ਦਾ ਮਨ অতি ਰਹਿਮਤ ਵਾਲਾ ਹੈ অতি ਤਰਸ ਕਰਦੇ ਨੇ ਬਹੁਤਾ ਜਿਆਦਾ ਤਰਸ ਕਰਦੇ ਨੇ कि बाणी उचारी महाराज जी असी एक दो चार शब्द आखिए बस सामूखे खुदा की सफत करो आप कि शब्द उचार सका थोड़े ज दुनियादारी दिया दलों किन करते रहने क्यों जेड़े पास साढ़ा मन लगेगा उधर दला होन ग जब प्रभु न जुड़ेगा गुरु जुडेगा ਫਿਰ ਉਹਦੇ ਗੁਣਾਂ ਦਾ ਪਤਾ ਲੱਗੇਗਾ ਫਿਰ ਉਹਦੀ ਰਹਿਮਤ ਕਰਕੇ ਪ੍ਰਭੂ ਪਰਮਾਤਮਾ ਦੀਆਂ ਵਿਡਿਆਈਆਂ ਦਾ ਉਹਦੀ ਉਹਦੇ ਗੁਣਾਂ ਦਾ ਉਹਦੇ ਸੁਭਾਅ ਦਾ ਉਹਦੇ ਬਲ ਦਾ ਉਹਦੇ ਸਵਰਜ ਦਾ ਉਹਦੀ ਕੁਦਰਤ ਦਾ ਉਹਦੇ ਕੰਮਾਂ ਦਾ ਪਤਾ ਲੱਗੇਗਾ ਫਿਰ ਸਾਡੇ ਹਿਰਦੇ ਚ ਪ੍ਰਭੂ ਪਰਮਾਤਮਾ ਸੂਝ ਬਖਸ਼ ਦਿੰਦਾ ਹੈ ਸੋਝੀ ਦਿੰਦਾ ਹੈ ਉਹਦੀ ਰਹਿਮਤ ਹੁੰਦੀ ਹੈ ਗੁਰੂ ਮਹਾਰਾਜ ਜੀ ਇੰਨੀ ਬਾਣੀ ਉਚਾਰਦੇ ਨੇ ਭਗਤ ਇੰਨੀ ਬਾਣੀ ਉਚਾਰਦੇ ਨੇ ਇੰਨੇ ਪ੍ਰਭੂ ਦੇ ਗੁਣ ਗਾਉਂਦੇ ਨੇ ਸਾਰਾ ਸਾਰਾ ਦਿਨ ਗਾਉਂਦੇ ਰਹਿੰਦੇ ਨੇ ਗੁਰੂ ਨਾਨਕ ਸਾਹਿਬ ਕਈ ਕਈ ਦਿਨ ਜੰਗਲਾਂ ਚ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਨੇ ਅੱਕਦੇ ਥੱਕਦੇ ਨਹੀਂ ਭਗਤ ਕਬੀਰ ਜੀ ਖੱਡੀ ਬੋਣ ਦੇ ਜਪ ਰਵਦਾ ਜੁੱਤੀਆਂ ਗਣਦਾ ਨਾਮ ਦੇ ਬਗਾਨੇ ਕੱਪੜੇ ਬਾਬਾ ਬੁੱਢਾ ਜੀ ਕਾਖੋਤਰਦਾ ਭਾਈ ਮਹਿਲੋ ਸਾਲੋ ਵਰਗੇ ਟੋਕਰੀ ਢੋਂਦੇ ਹੋਏ ਭਾਈ ਮੰਜ ਵਰਗੇ ਸੇਵਾ ਕਰਦੇ ਹੋਏ ਬੜੀ ਕਠਨ ਕਾਵਲ ਤੋਂ ਕੁ ਬੀਬੀ ਆਉਂਦੀ ਸੀ ਬੜੀ ਕਠਨ ਕਲਣਾ ਜੋ ਪਤਾ ਨਹੀਂ ਕਿੰਨੇ ਕੁ ਸਿੱਖ ਸਿੱਖਣੀਆਂ ਕਿੰਨੇ ਕੁ ਗੁਰਮੁਖ ਸੰਤ ਸਾਧੂ ਕਿੰਨੀਆਂ ਕੁ ਕਿੰਨੀਆਂ ਕੁ ਔਰਤਾ ਕਿੰਨੇ ਕੁ ਪੁਰਸ਼ ਹੋ ਚੁੱਕੇ ਨੇ ਪ੍ਰਭੂ ਪਰਮਾਤਮਾ ਦਾ ਜਿਹੜਾ ਭੰਡਾਰ ਹੈ ਉਹ ਸਦਾ ਹੀ ਭਰਿਆ ਰਹਿੰਦਾ ਹੈ ਉਹ ਸਭ ਨੂੰ ਜੋ ਮੰਗਦੇ ਨੇ ਦਿੰਦਾ ਹੈ ਭਗਤ ਭਗਤੀ ਮੰਗਦੇ ਨੇ ਹਰ ਭਗਤ ਭਰੇ ਭੰਡਾਰਾ ਉਹਨਾਂ ਨੂੰ ਭਗਤੀ ਦਾ ਭੰਡਾਰ ਬਖਸ਼ ਦਿੰਦਾ ਹੈ ਉਹ ਤੋਂ ਕਿਸੇ ਚੀਜ਼ ਕਿਸੇ ਚੀਜ਼ ਦਾ ਵੀ ਉੱਥੇ ਕੋਈ ਤੋੜਾ ਨਹੀਂ ਹੈ ਕੋਈ ਥੋੜਾ ਨਹੀਂ ਹੈ ਮਾਰੇ ਦਸ ਹੈ ਨਾ ਪ੍ਰਮਾਤਮਾ ਦਾ ਭੰਡਾਰ ਜਿਹੜਾ ਹੈ ਉਹ ਵੀ ਬੇਮੁੱਲਾ ਹੈ ਇਹ ਥੋੜਾ ਉਹਨੂੰ ਕੋਈ ਖੋਲ ਕੋਈ ਖਰੀਦ ਲਏਗਾ ਮੁੱਲ ਦੇ ਕੇ ਇਹ ਥੋੜਾ ਇੱਕ ਰਾਜੇ ਕੋਲ ਖਜ਼ਾਨਾ ਹੁਣ ਦੂਜਾ ਆ ਗਿਆ ਇਹ ਥੋੜਾ ਵੀ ਹੁਣ ਸਰਕਾਰਾਂ ਦਾ ਟੈਕਸ ਲੋਨ ਖਜ਼ਾਨਾ ਸਰਕਾਰ ਦਾ ਖਾਲੀ ਹੋ ਗਿਆ ਹੈ। ਨਾ ਪ੍ਰਭੂ ਪਰਮਾਤਮਾ ਇਹੋ ਜੀ ਸਰਕਾਰ ਹੈ, ਇਹੋ ਜਿਹਾ ਉਹਦਾ ਖਜ਼ਾਨਾ ਹੈ। ਉਹਦੇ ਖਜ਼ਾਨੇ 'ਚ ਕੋਈ ਸ਼ੈ ਨਹੀਂ ਮੁੱਕਦੀ। ਕੋਈ ਨਾ ਦੁਨੀਆ ਦਾ ਕੋਈ ਤਨ ਪਦਾਰਥ ਮੁੱਕਦਾ ਹੈ। ਨਾ ਉਹਦੀ ਰਹਿਮਤ ਤੇ ਭੰਡਾਰੇ, ਨਾ ਉਹਦੇ ਬਖਸ਼ਿਸ਼ ਦੇ। ਜੋ ਜੋ ਕੋਈ ਮੰਗ ਰਿਹਾ ਮੰਗ ਰਿਹਾ ਹੈ ਸੁਕਾਮ ਲੋਕ ਸੁਕਾਮ ਭਗਤ ਕਾਮਨਾ ਵਾਲੇ ਉਹਨਾਂ ਦੀਆਂ ਕਾਮਨਾ ਪੂਰੀਆਂ ਕਰ ਰਿਹਾ ਹੈ ਇੱਛਾ ਪੂਰੀਆਂ ਕਰ ਰਿਹਾ ਹੈ ਚਾਰ ਪਦਾਰਥ ਦੇ ਰਿਹਾ ਹੈ ਤੇ ਜਿਹੜੇ ਰਹਿਮਤ ਵਾਲੇ ਨੇ ਮੋਖਿ ਵਾਲੇ ਉਹਨਾਂ ਤੇ ਰਹਿਮਤ ਹੋ ਰਹੀ ਹੈ ਮੋਖਿ ਪਦਵੀ ਪ੍ਰਾਪਤ ਕਰ ਰਹੇ ਨੇ ਪ੍ਰਭੂ ਭਗਤੀ ਮੰਗ ਰਹੇ ਨੇ ਪ੍ਰੀਤੀ ਮੰਗ ਰਹੇ ਨੇ ਉਦੇ ਚਰਨਾਂ ਕਮਲਾਂ ਦਾ ਪਿਆਰ ਮੰਗ ਰਹੇ ਨੇ ਉਹਨਾਂ ਨੂੰ ਭਗਤੀ ਦਿੰਦਾ ਹੈ ਉਹਨਾਂ ਤੇ ਰਹਿਮਤ ਵਸਦੀ ਰਹਿੰਦੀ ਹੈ ਉਸ ਨੂਰ ਨਾਲ ਮਿਲ ਮਿਲ ਕੇ ਪਰ ਨੂਰ ਹੋ ਜਾਂਦੇ ਨੇ ਉਹ ਉਸ ਪਰਮ ਸ਼ਾਂਤੀ ਨੂੰ ਪ੍ਰਾਪਤ ਹੋ ਜਾਂਦੇ ਜੋ ਕੋਈ ਮੰਗ ਰਿਹਾ ਹੈ ਉਹ ਕੋਈ ਉਹ ਦੇ ਰਿਹਾ ਹੈ ਤੇ ਦੇਂਦੇ ਤੋਟ ਨਹੀਂ ਭੰਡਾਰ ਉਹਦੇ ਭੰਡਾਰੇ ਫਿਰ ਵੀ ਟੋਟ ਨਹੀਂ ਹੁੰਦੀ ਮੁੱਕਦਾ ਨਹੀਂ ਖਪਦਾ ਨਹੀਂ ਘਟਦਾ ਨਹੀਂ ਲਵਾਂ ਲਵ ਭਰਿਆ ਰਹਿੰਦਾ ਸਦਾ ਵਾਸਤੇ ਗੁਰੂ ਮਹਾਰਾਜ ਜੀ ਇਸ ਪੌੜੀ ਵਿੱਚ ਅਮੁੱਲ ਵਾਲੀ ਪੌੜੀ ਵਿੱਚ ਬੇਮੁੱਲੀ ਹਰੇਕ ਚੀਜ਼ ਦੱਸ ਰਹੇ ਨੇ ਬੇਮੁੱਲੇ ਗੁਣ ਬੇਮੁੱਲੇ ਸਿੱਖ ਬੇਮੁੱਲੇ ਜਗਿਆਸੂ ਬੇਮੁੱਲੇ ਉਹਨਾਂ ਅੰਦਰ ਗੁਣ ਬੇਮੁੱਲੀ ਪ੍ਰਭੂ ਦੀ ਰਹਿਮਤ ਬੇਮੁੱਲੀ ਉਹਦੀ ਰਹਿਮਤ ਦਾ ਜਿਹੜਾ ਨਿਸ਼ਾਨ ਮੋਹਰ ਹੈ ਬੇਮੁੱਲੇ ਧਰਮ ਕਰਕੇ ਬੇਮੁੱਲਾ ਉਹਦਾ ਦਰਬਾਰ ਦਬਾਨ ਹੈ ਖੁਦ ਵੀ ਉਹ ਬੇਮੁੱਲਾ ਉਹਦਾ ਨਾਮ ਹੈ ਤੇ ਅਮੁੱਲੋ ਅਮੁੱਲ ਆਖਿਆਨ ਸਭ ਤਰ੍ਹਾਂ ਮੁੱਲੀ ਅਮੁੱਲ ਹੈ ਕਿਸੇ ਚੀਜ਼ ਦਾ ਮੁੱਲ ਦਿੱਤਾ ਹੀ ਨਹੀਂ ਜਾਂਦਾ ਕੀ ਆਖੋਗੇ ਅਮੁੱਲੋ ਅਮੁੱਲ ਆਖਿਆ ਨਾ ਜਾਏ ਕੀ ਆਖਾਂ ਪੂਰਾ ਆਖੀ ਨਹੀਂ ਜਾਂਦਾ ਅਮੋਲੀ ਮੁੱਲ ਪਰ ਆਂਦੇ ਨੇ ਆਖ ਆਖ ਰਹੇ ਲਿਵ ਲਾਏ ਜਿਹੜੇ ਉਹਦੇ ਗੁਣਾਂ ਨੂੰ ਆਖ ਰਹੇ ਨੇ ਉਹਦੀ ਸਿਫਤ ਸਲਾਹ ਆਖ ਰਹੇ ਨੇ ਪ੍ਰਭੂ ਭਗਤੀ ਆਖ ਰਹੇ ਨੇ ਜੀਵ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਉਹਦੀ ਵਡਿਆਈ ਨੂੰ ਉਹਦੀ ਸਿਫਤ ਸਲਾਹ ਨੂੰ ਜਿਹੜੇ ਆਖ ਰਹੇ ਨੇ ਉਹਦੀ ਮਹਿਮਾ ਨੂੰ ਗਾ ਰਹੇ ਨੇ ਜਿਹੜੇ ਉਹ ਆਖ ਆਖ ਰਹੇ ਲਿਵ ਲਾਏ ਉਹਨਾਂ ਦੀ ਲਿਵ ਲੱਗ ਜਾਂਦੀ ਹੈ ਅੰਤ ਨਹੀਂ ਲੈ ਸਕਦੇ ਇਹ ਥੋੜਾ ਵੀ ਅੰਤ ਲੈ ਸਕਣਗੇ ਜਾਂ ਮੁੱਕ ਜਾਣ ਨਾ ਉਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਵੀ ਸਾਡੀ ਲਿਵ ਲੱਗ ਜਾਏ ਬਸ ਜਪ ਸਿਮਰਨ ਲੇਵ ਧਨ ਧਿਆਨ ਸਮਾਧੀ ਸਾਵੀ ਸਮਾਧੀ ਨਿਰਵੀਹ ਸਮਾਧੀ ਜਿਹਨੂੰ ਸਾਵੀ ਕਲਪ ਨਿਰਵਿਕਲਪ ਸਮਾਧੀ ਆਂ ਜਿਹੜੇ ਆਯੋਗ ਦੇ ਅੱਠ ਥੰਗ ਨੇ ਨਾ ਉਹਦੇ ਚ ਯਮ ਨਿਯਮ ਉਹਨੇ ਗਿਣੇ ਨੇ ਪਤੰਜਲੀ ਯੋਗ ਦੇ ਵਿੱਚ ਦੇ ਉਹ ਜਿਹੜੀ ਸਮਾਧੀ ਤੱਕ ਲੈ ਜਾਂਦੇ ਨੇ ਜਿਹੜੇ ਆ ਬ੍ਰਹਮਚਰਜ ਗੁਣ ਹੈ ਤੇ ਧਿਆਨ ਹੈ ਧਿਆਨ ਸਭ ਤੋਂ ਪਰਮ ਅਵਸਥਾ ਹੈ ਉਸ ਤੋਂ ਪਹਿਲਾਂ ਧਾਰਨਾ ਹੈ ਉਦੋਂ ਪਹਿਲਾਂ ਯਮ ਤੇ ਨਿਯਮ ਨੇ ਉਹ ਕਾਦੇ ਵਾਸਤੇ ਨੇ ਸਾਰੇ ਸਾਰੇ ਸਮਾਧੀ ਚ ਪੜਨ ਵਾਸਤੇ ਸਮਾਧੀ ਚ ਜਾ ਕੇ ਮਨ ਜਿਹੜਾ ਹੈ ਇਹਦੀ ਪ੍ਰਤੀਤੀ ਨਹੀਂ ਹੁੰਦੀ ਪਰ ਰਹਿੰਦਾ ਹੈ ਪ੍ਰਤੀਤੀ ਫਿਰ ਜਦੋਂ ਸਮਾਧੀ ਤੋਂ ਉਠਾਨ ਹੁੰਦਾ ਹੈ ਇਹਦੇ ਜਿਹੜੇ ਸੰਸਕਾਰ ਹੁੰਦੇ ਨੇ ਤੇ ਜਿਹੜਾ ਗਿਆਨ ਹੈ ਇਹ ਜਾਗਰਤ ਅਵਸਥਾ ਚ ਹੁੰਦਾ ਹੈ ਇਕਾਗਰ ਮਾਨੇ ਚ ਗੁਰੂ ਗਿਆਨ ਦਿੰਦਾ ਹੈ ਉਹ ਨਿਸ਼ਚੇ ਕਰਾਂਦਾ ਹੈ ਕਿ ਕੋਈ ਹੀ ਪ੍ਰਮਾਤਮਾ ਇੱਕੋ ਹੀ ਬ੍ਰਹਮ ਹੈ ਜਿਹੜਾ ਤੇਰੇ ਅੰਦਰ ਛੁਪਿਆ ਹੋਇਆ ਹੈ ਨਾ ਜਿਹੜਾ ਤੇਰੀ ਬਿਰਤੀ ਚ ਮਾਨੇ ਚ ਬੈਠਾ ਹੋਇਆ ਹੈ ਜਿਹੜਾ ਤੇਰੇ ਮਨ ਨੂੰ ਵੇਂਦਾ ਹੈ ਬਿਰਤੀਆਂ ਨੂੰ ਵੇਂਦਾ ਹੈ ਪ੍ਰਤੀਬੋਧ ਵਿਦਤੰ ਮਤੰ ਮਮਰਤਤੰ ਵਿੰਦਤੇ ਸਭ ਘਟ ਸੁਣਦਾ ਵੇਖਦਾ ਜਿਹੜਾ ਤੇਰੇ ਤੇਰੀ ਬੁੱਧੀ 'ਚ ਬੈਠਾ ਹੈ ਬਿਰਤੀ 'ਚ ਬੈਠਾ ਹੈ ਜਿਹੜਾ ਪ੍ਰਾਣਾਂ ਦਾ ਪ੍ਰੇਰਕ ਹੈ ਉਹ ਜਿਹੜਾ ਅੰਤਰਯਾਮੀ ਹੈ ਜਿਹੜਾ ਕੁਟਸਥ ਹੈ ਕੁਟਸਥ ਜੀਵ ਦਾ ਜਿਹੜਾ ਅਸਲ ਸਰੂਪ ਹੈ ਕੁਟਸਥ ਹੈ ਅੰਤਕਾਰਨ ਛੱਡ ਦਿਓ ਆਪਾਸ ਵੀ ਛੱਡ ਦਿਓ ਜਿਹੜਾ ਵਿਆਪਕ ਹੈ ਉਹ ਵੀ ਤਾਂ ਹੈ ਉਹਦੇ ਵਿੱਚ ਉਹ ਜਿਹੜਾ ਵਿਆਪਕ ਹੈ ਉਹਨੇ ਕੁ ਥਾਂ 'ਚ ਉਹਨੂੰ ਕੁਟਾ ਸਥਾ ਦੇ ਨੇ ਕੂਟਨਾ ਐਰਣ ਦਾ ਐਰਣ ਨਰਲੇਪ ਰਹਿੰਦੀ ਕਿੰਨੇ ਇਸ ਤਰ੍ਹਾਂ ਉਹ ਕੁਟਾ ਸਥਾ ਹੈ ਸਾਖਸ਼ੀ ਹੈ ਦ੍ਰਿਸ਼ਟਾ ਹੈ ਬਿਰਤੀ ਦੇ ਵਿੱਚ ਬੈਠਾ ਹੋਇਆ ਹੈ ਹਰੇਕ ਬਿਰਤੀ ਨੂੰ ਜਾਣਦਾ ਹੈ ਮਨ ਨੂੰ ਸਾਰੇ ਪਰਤਿਆਂ ਨੂੰ ਜਾਣਦਾ ਹੈ ਹੋਈ ਬੁੱਧੀ 'ਚ ਬੈਠਾ ਹੈ ਉਹਨੂੰ ਆਤਮਾ ਆਂਦੇ ਆਪਣਾ ਉਹ ਵਿਆਪਕ ਹੈ ਉਹਦੇ ਤੋਂ ਬਿਨਾ ਦੂਜੀ ਕੋਈ ਚੀਜ਼ ਨਹੀਂ ਹੈ ਇਹ ਨਿਸ਼ਚੇ ਕਰੇ बार-बार ਇਹ ਗਿਆਨ ਜਾਗਰਤ ਅਵਸਥਾ 'ਚ ਮਨ ਦੀ ਇਕਾਗਰਤਾ ਹੋਵੇ ਗੁਰੂ ਤੇ ਸ਼ਰਧਾ ਹੋਵੇ ਤੇ ਗੁਰੂ ਮਿਹਰ ਕਰੇ ਰਹਿਮਤ ਕਰੇ ਫੇਰੇ ਦਾ ਭਰਮ ਨਿਕਲ ਜਾਂਦਾ ਹੈ ਵਾਰਸ ਸ਼ਾਹ ਜਾਂਦੇ ਮੇਰੇ ਭਰਮ ਭਜੇ ਸਤ ਗੁਰੂ ਜੀ ਤੇਰੀ ਗੁਫਤਾਰ ਅਗੇ ਫਿਰ ਇਹਦਾ ਭਰਮ ਨਿਕਲ ਜਾਂਦਾ ਹੈ ਦ્વੈਤ ਮਿਟ ਜਾਂਦੀ ਹੈ ਇਕਾਕਾਰ ਬਿਰਤੀ ਹੋ ਗਈ ਅਖੰਡਾਕਾਰ ਬਿਰਤੀ ਹੋ ਗਈ ਸੋ ਹਮ ਅਸਮੀਤੀ ਬ੍ਰਿਤੀ ਅਖੰਡਾ ਦੀਪ ਸ਼ਿਖਾਵ ਪਰਮ ਪ੍ਰਚੰਡਾ ਇਹ ਪਰਮ ਪ੍ਰਚੰਡ ਬਿਰਤੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਅੱਗੇ ਜਾ ਕੇ ਦੱਸਣਗੇ ਮਹਾਰਾਜ ਜੀ ਇਹ ਪ੍ਰਚੰਡ ਗਿਆਨ ਇਹਦੇ ਕਰਕੇ ਫਿਰ ਅਗਿਆਨ ਦੀ ਨਿਵਰਤੀ ਹੋ ਜਾਂਦੀ ਹੈ। ਅਵਿਦਿਆ ਦੀ ਨਿਵਰਤੀ ਹੋ ਜਾਂਦੀ ਹੈ। ਹਉਮੈ ਦੀ ਨਿਵਰਤੀ ਹੋ ਜਾਂਦੀ ਹੈ। ਦੁਭਦਾਨੀ ਨਹੀਂ ਰਹਿੰਦੀ। ਦ્વੈਤ ਨਹੀਂ ਰਹਿੰਦੀ। ਫਿਰ ਤੇ ਜਿਹੜਾ ਦ੍ਰਿਸ਼્ય ਮਿਥਿਆ ਹੈ ਸੁਪਨਾਵੀ ਹੈ ਕਾਲਪਨਿਕ ਹੈ। ਛਿਣ-ਛਿਣ ਕਰਕੇ ਬਦਲਣ ਵਾਲਾ ਹੈ। ਆਤਮਾ ਸੱਤ ਹੈ। ਗਿਆਨ ਹੈ। आनंद है अपना आपा है व्यापक है असंग है सब अंदर है बाहर है ये क्यों आखना का भरम मिट जाए आत्मा ही ब्रह्म रूप है ये निश्चय हो जाए फिर ये मुकत अवस्था है ये मुकत अवस्था है खीरण खीर सुनीरन नीर सुमीरन मैं समीर सुमावय मैं मिले जगातम मैं दिशा दिग्पूर् सुमावे फूटत ही घट में नव एक भयो नि भेद दिखावे मोख तथा नि भेद भिखो हर को विद भेद यही विद गावे शुद्ध सनातन नित प्रबुद्ध सोएक अखंडत ब्रह्म पिछाणु आनंद सो पूर रही अवनी अरबिंद पुरेंद्र के पुमानु ਤਨ ਹਾਨ ਸਨਾਤਨ ਬ੍ਰਹਮ ਭਇਓ ਜਿਮ ਖੰਡ ਆਕਾਸ਼ ਆਕਾਸ਼ ਸਮਾਨੋ ਕਟਾ ਪਿੰਨੇ ਕਟਾ ਕਾਸ਼ਮਾ ਕਾਸ਼ ਲੀਯਤ ਤਥਾ ਯੋਗੀ ਸਰੂਪੇ ਪਰਮਾਤਮਾ ਨੇ ਫਿਰ ਅੰਦਰ ਦਾਤੇ ਬਾਹਰ ਦਾ ਭੇਤ ਮਿਟ ਗਿਆ ਇਕਾਕਾਰ ਖੰਡਾਕਾਰ ਬਿਰਤੀ ਹੋ ਗਈ ਗੁਰੂ ਅਰਗੁਪਿੰਦ ਸਾਹਿਬ ਸੱਚੇ ਪਾਤਸ਼ਾਹਾਂ ਨੂੰ ਗੁਰੂ ਅਰਜਨ ਸਾਹਿਬ ਪੰਜ ਪੈਸੇ ਤੇ ਨਾਰੀਅਲ ਕੱਲਿਆ ਪੰਜਾਂ ਸਿੱਖਾਂ ਦੇ ਆ ਤੇ ਗਿਆਨ ਇਹ ਹੀ ਦਿੱਤਾ ਸੀ ਸੋਹਮ ਬਿਰਤੀ ਅੰਤਰ ਧਰਨੀ ਬਾਹਰ ਕਿਰਿਆ ਭਗਤਨ ਕੀ ਕਰਨੀ ਨਿਸ਼ਚੇ ਗਿਆਨ ਵਰਤੋਂ ਵਿਰਾਗ ਕਰਨੀ ਭਗਤੀ ਬ੍ਰह्म ज्ञानी ਕੇ ਨਾਮ ਆਧਾਰ ਬ੍ਰह्म ज्ञानी ਵੀ ਹੋ ਜੇ ਨਾਮ ਨੂੰ ਫਿਰ ਵੀ ਨਾ ਛੱਡੇ ਨਾਮ ਸਿਮਰਦਾ ਹੀ ਰਹੇ ਨਾਮ ਨਾ ਛੱਡੇ ਉਹ ਆਖਣ ਵਾਲੇ ਆਖ ਆਖ ਰਹੇ ਲਿਵ ਲਾਏ ਆਂਦੇ 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 ਲਿਵ ਧਾਰੀ ਹੋ ਜਾਂਦੇ ਨੇ ਲਿਵ ਲੱਗ ਗਈ ਤੇ ਉੱਥੇ ਜਾ ਕੇ ਫਿਰ ਰਸ ਆ ਜਾਂਦਾ ਹੈ ਨਾਮ ਜਪਣ ਵਾਲੇ ਨੂੰ ਇਹ ਜਿਹੜੇ ਸਤ ਸੰਤੋਖ ਦਇਆ ਧਰਮ ਸੋਚ ਚੰਗੇ ਗੁਣਾ ਵਾਲੇ ਕਰ ਚੰਗੇ ਗੁਣਾ ਵਾਲੇ ਜਿਹੜੇ ਭਗਤੀ ਵਾਲੇ ਜਿਨ੍ਹਾਂ ਦੀ ਲਿਵ ਲੱਗ ਗਈ ਉਹ ਉੱਤਮ ਪੁਰਸ਼ ਨੇ ਉਹਨਾਂ ਦਾ ਇੱਕੋ ਹੀ ਇਕੋ ਹੀ ਮੰਤਵ ਸੀ ਕਿ ਲਿਵ ਉਹਨਾਂ ਹੋਰ ਕੁਝ ਨਹੀਂ ਮੰਗਿਆ ਉਹਨਾਂ ਤੇ ਪ੍ਰਭੂ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਪ੍ਰਸੰਤਾ ਹੁੰਦੀ ਹੈ ਖੁਸ਼ੀ ਹੁੰਦੀ ਹੈ ਫਿਰ ਪਰਮਾਤਮਾ ਉਹਨਾਂ ਤੇ ਮਿਹਰਬਾਨ ਹੁੰਦਾ ਹੈ ਉਹ ਫਿਰ ਆਖਣ ਵਾਲੇ ਆਂਦੇ ਆਂਦੇ ਉਹਦੇ ਤੇ ਲਿਵ ਲਾ ਲੈਂਦੇ ਨੇ ਉਹਨਾਂ ਦਾ ਮਤਲਬ ਕੀ ਆਖਣ ਦਾ ਪ੍ਰਭੂ ਦੇ ਗੁਣਾ ਨੂੰ ਆਖ ਆ ਕੇ ਭਗਤੀ ਕਰ ਕਰਕੇ ਸਿਮਰਨ ਕਰਦੇ ਕਰਦੇ ਲਿਵ ਧਾਰੀ ਹੋ ਜਾਂਦੇ ਨੇ ਪ੍ਰਭੂ ਦੇ ਚਰਨਾਂ ਨਾਲ ਲਿਵ ਲੱਗ ਗਈ ਆਖ ਹੈ ਵੇਦ ਪਾਠ ਪੁਰਾਣ ਉਹ ਕਿਵੇਂ ਆਖ ਰਹੇ ਨੇ ਕੋਈ ਵੇਦਾਂ ਦਾ ਪਾਠ ਕਰਕੇ ਕੋਈ ਪੁਰਾਣਾਂ ਨੂੰ ਪੜ ਰਹੇ ਨੇ ਜਾਂ ਚਾਰੇ ਵੇਦ 18 ਪੁਰਾਣ ਇਹ ਵੀ ਪ੍ਰਭੂ ਦਾ ਜਾਸ ਆਖ ਰਹੇ ਨੇ ਇਹਨਾਂ ਨੂੰ ਜਿਹੜੇ ਵਾਚਣ ਵਾਲੇ ਨੇ ਪੜਨ ਵਾਲੇ ਨੇ ਵਿਆਖਿਆ ਕਰਨ ਵਾਲੇ ਨੇ ਉਹ ਵੀ ਆਖ ਰਹੇ ਨੇ ਆਖੇ ਪੜੇ ਕਰੇ ਵਿਖਿਆਣ ਜਿਹੜੇ ਪੜਦੇ ਨੇ ਤੇ ਵਿਖਿਆਣ ਕਰਦੇ ਨੇ ਉਹ ਵੀ ਪ੍ਰਭੂ ਪਰਮਾਤਮਾ ਦੇ ਗੁਣ ਆਖ ਰਹੇ ਨੇ ਜਸ ਆਖ ਰਹੇ ਨੇ ਆਖੇ ਬ੍ਰਹਮੇ ਆਖੇ ਇੰਦ ਬ੍ਰਹਮਾ ਵੀ ਆਖ ਰਿਹਾ ਹੈ ਚਾਰੇ ਵੇਦ ਬ੍ਰਹਮੇ ਕੋ ਦੀਏ ਬ੍ਰਹਮਾ ਜਿਹੜਾ ਹੈ ਵੇਦਾਂ ਦਾ ਰਚੈਤਾ ਦੱਸਿਆ ਉਹ ਵੀ ਆਖ ਰਿਹਾ ਹੈ ਆਖੇ ਗੋਪੀ ਤੇ ਗੋਵਿੰਦ ਗੋਪੀਆਂ ਨਾ ਬਰਿੰਦਾਬਨ ਜਿਹੜੇ ਗਵਾਲਿਆਂ ਦੀਆਂ ਧੀਆਂ ਗੋਪੀਆਂ ਜਿਨ੍ਹਾਂ ਨੂੰ ਗਵਾਰਨਾਂ ਵੀ ਦੱਸਿਆ ਤਾਕਾ ਸਰੂਪ ਦੇਖ ਮੋਹੀ ਗਵਾਰਨ ਮੋਹ ਕੋ ਛੋੜ ਨਾ ਆਉ ਨਾ ਜਾਹੂ ਰੇ ਬਰਿੰਦਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਬਰਿੰਦਾਬਨ ਗਵਾਲਿਆਂ ਦੀਆਂ ਧੀਆਂ ਉਹਨਾਂ ਨੂੰ ਗੋਪੀਆਂ ਭਗਵਾਨ ਕ੍ਰਿਸ਼ਨ ਦੇ ਨਾਲ ਜਿਨ੍ਹਾਂ ਦਾ అతి ਪ੍ਰੇਮ ਸੀ ਉਹਨਾਂ ਦੇ ਅੰਦਰ ਪ੍ਰਭੂ ਭਗਤੀ ਸੀ ਉਹ ਭਗਵਾਨ ਸਮਝ ਕੇ ਪ੍ਰਭੂ ਦੇ ਨਾਲ అతి ਉਹਨਾਂ ਦੀ ਪ੍ਰੀਤੀ ਸੀ ਭਗਤੀ ਸੀ ਉਹਨਾਂ ਦਾ ਮਹਾਨ ਪਵਿੱਤਰ ਪ੍ਰੇਮ ਸੀ ਉਹਨਾਂ ਦੇ ਪ੍ਰੇਮ ਦੇ ਵਸੀਕਾਰ ਹੋ ਕੇ ਭਗਵਾਨ ਨੇ ਰਾਸ ਕੀਤੀ ਉਹਨਾਂ ਦੇ ਅੱਖੇ ਲੱਗ ਕੇ ਉਹਨਾਂ ਦੇ ਘਰਾਂ 'ਚੋਂ ਮੱਖਣ ਚੋਰੀ ਖਾਦਾ ਥੋੜੀ ਥੋੜੀ ਲੱਸੀ ਪੀਚੇ ਭਗਵਾਨ ਨੂੰ ਨਚਾਉਂਦੀਆਂ ਨੇ ਜਿੰਨ ਕੀ ਰੱਜ ਕੋ ਪਰਸਤ ਹੈ ਸੁਰਨਰ ਮੁੰਜਨ ਛਾਚ ਪੇ ਛੋਰੀ ਨਚਾਵਤ ਦੇਖੀ ਭਗਵਾਨ ਦੇ ਚਰਨਾਂ ਦੇ ਚਰਨ ਧੂੜ ਦੇਵਤੇ ਰਿਖੀ मुनि ਵੱਡੇ ਵੱਡੇ ਲੋਕ ਮੰਗ ਰਹੇ ਨੇ ਪਰ ਆਂਦਰੇ ਬਿੰਦਰਾਬੰਦੀਆਂ ਛੋਰੀਆਂ ਭਗਵਾਨ ਕ੍ਰਿਸ਼ਨ ਨੂੰ ਨਚਾ ਰਹੀਆਂ ਨੇ ਥੋੜੀ ਥੋੜੀ ਛਾਛ ਲੱਸੀ ਵਾਸਤੇ ਮੱਖਣ ਵਾਸਤੇ ਉਹ ਵੀ ਆਖ ਰਹੀਆਂ ਨੇ ਜਸ ਆਖੇ ਗੋਪੀ ਤੈ ਗੋਵਿੰਦ ਗੋਵਿੰਦ ਭਗਵਾਨ ਕ੍ਰਿਸ਼ਨ ਦਾ ਨਾਮ ਹੈ ਉਹ ਵੀ ਆਖ ਰਿਆ ਆਖੇ ਈਸ਼ਰ ਆਖੇ ਸਿੱਧ ਈਸ਼ਰ ਸ਼ਿਵ ਜੀ ਦਾ ਨਾਮ ਹੈ ਉਹ ਵੀ ਆਖ ਰਿਆ ਹੈ ਅਸੀਂ ਅਸੀ ਹਜ਼ਾਰ ਵਰ ਅਸਮਾਦੀ ਲਈ ਰੱਖਦੇ ਜਿਹੜੇ yogੀਆਂ ਦੇ ਵੱਡੇ ਸਿੱਧ ਉਹ ਵੀ ਆ ਸਿੱਧ 84 ਗਿਣੇ ਨੇ ਵੈਸੇ ਸਿੱਧ ਜਿਹੜੇ ਸਿੱਧੀਆਂ ਨੂੰ ਪ੍ਰਾਪਤ ਹੋਏ ਨੇ ਉਹ ਸਿੱਧ ਮੰਜ਼ਲ ਤੇ ਅਪੜੇ ਹੋਏ ਸਿੱਧ ਉਹ ਵੀ ਆਖ ਰਹੇ ਨੇ ਆਖੇ ਕੇਤੇ ਕੀਤੇ ਬੁੱਧ ਉਹ ਵੀ ਆਖ ਰਹੇ ਨੇ ਜਿਹੜੇ ਬੁੱਧੀਮਾਨ ਬੁੱਧਪੁਰਸ਼ ਨੇ ਬੁੱਧ ਗਿਆਨਵਾਨ ਪੁਰਸ਼ ਜਿਹੜੇ ਨੇ ਉਹ ਵੀ ਆਖ ਰਹੇ ਨੇ ਪ੍ਰਮਾਤਮਾ ਦਾ ਜਸ ਗੁਣ ਆਖੇ ਦਾਨਵ ਆਖੇ ਦੇਵ ਦਨ ਤੋਂ ਪੈਦਾ ਹੋਣ ਕਰਕੇ ਧਾਨਵ ਰਾਖਸ਼ਸ ਉਹ ਵੀ ਆਖ ਰਹੇ ਨੇ ਦੇਵਤੇ ਵੀ ਆਖ ਰਹੇ ਨੇ ਦਿਤੀ ਅਦਿਤੀ ਕਦਰੂ ਤੇ ਬਨਤਾ ਕਸ਼ਪ ਦੀਆਂ ਚਾਰ ਇਸਤਰੀਆਂ ਸੀ ਜਿਨ੍ਹਾਂ ਵਿੱਚੋਂ ਦੇਵਤੇ ਮਨੁੱਖ ਪੰਛੀ ਤੇ ਸਰਪ ਪੈਦਾ ਹੋਏ ਧਨ ਇਸਤਰੀ ਤੋਂ ਪੈਦਾ ਹੋਣ ਕਰਕੇ ਧਾਨਵ ਉਹੀ ਪ੍ਰਭੂ ਦਾ ਜਸ ਆਖ ਰਹੇ ਨੇ ਦੇਵਤੇ ਵੀ ਆਖ ਰਹੇ ਨੇ ਆਖੇ ਸੁਰ ਨਰ ਮਨ ਜਨ ਸੇਵ ਸੁਰ ਦੇਵਤੇ ਨਰ ਮਨੁਖ ਮੂਨੀ ਮਨਨ ਸ਼ੀਲ ਜਨ ਪ੍ਰਭੂ ਦੇ ਦਾਸ ਸੇਵ ਸੇਵਾ ਕਰਨ ਵਾਲੇ ਸਾਰੇ ਪਰਮੇਸ਼ਰ ਦਾ ਜਸ ਆਖ ਰਹੇ ਨੇ ਫੇਰ ਵੀ ਮੁਕਦਾ ਤਾਂ ਨਹੀਂ ਬੇਅੰਤ ਹੈ ਕਿਤੇ ਆਖੇ ਕਿੰਨੇ ਆਖ ਰਹੇ ਨੇ ਕਿ ਆਖਣ ਪਾਹਿ ਕਈ ਆਖਣਾ ਚਾਹਦੇ ਨੇ ਪਰ ਪੂਰਾ ਨਹੀਂ ਬਿਆਨ ਕਰ ਸਕਦੇ ਹੋਰ ਹੋ ਰੱਖਣਾ ਚਾਹੁੰਦੇ ਨੇ ਕਹਤੇ ਕਹਿ ਕੇ ਉੱਠ ਉੱਠ ਜਾਏ ਕ ਕਿੰਨੇ ਉਹ ਨੇ ਜਿਹੜੇ ਕਹਿੰਦੇ ਕਹਿੰਦੇ ਉੱਠ ਕੇ ਜਾ ਰਹੇ ਨੇ ਮਤਲਬ ਐ ਸੰਸਾਰ ਦੇ ਵਿੱਚੋਂ ਪ੍ਰਭੂ ਦਾ ਜਸ ਕਰਦੇ ਕਰਦੇ ਜਾ ਰਹੇ ਨੇ ਪਰ ਫਿਰ ਵੀ ਉਹਦਾ ਜਸ ਮੁਕਤਾ ਨਹੀਂ ਗਿਆ ਖਤਮਤਾ ਨਹੀਂ ਹੋਇਆ ਇਤੇ ਕੀਤੇ ਹੋਰ ਕਰੇ ਜਿੰਨੇ ਉੱਤੇ ਗਿਣੇ ਨੇ ਇਹਨੇ ਹੋਰ ਵੀ ਭਾਵੇਂ ਹੋ ਜਾਣ ਤਾਂ ਆਖ ਨਾ ਸਕਕੇ ਕਈ ਕੇ ਉਹ ਆਖ ਨਹੀਂ ਸਕਦੇ ਭਾਵੇਂ ਕਈ ਹੋਰ ਇੰਨੇ ਹੋ ਜਾਣ ਉਹ ਵੀ ਪਰਮਾਤਮਾ ਨੂੰ ਪੂਰਾ ਨਹੀਂ ਬਿਆਨ ਕਰ ਸਕਦੇ ਉਹਦੇ ਪੂਰੇ ਗੁਣ ਵਡਿਆਈਆਂ ਜਸ ਉਹਦਾ ਬਲ ਉਹਦੀ ਸਮਰੱਥਾ ਉਹਦੀ ਸੁੰਦਰਤਾ ਉਹਦੇ ਗੁਣ ਸੁਭਾਵ ਕੁਦਰਤ ਕੰਮ ਕਰਨੇ ਕਿਸੇ ਤਰ੍ਹਾਂ ਵੀ ਉਹਦਾ ਅਤਾ ਪਤਾ ਨਹੀਂ ਪੂਰਾ ਹੋ ਸਕਦਾ ਪੂਰਾ ਨਹੀਂ ਬਿਆਨ ਕਰ ਸਕਦੇ ਜੇ ਵੱਡ ਭਾਵ ਹੈ ਤੇ ਵੱਡ ਹੋਏ ਪ੍ਰਭੂ ਪਰਮਾਤਮਾ ਜਿड्ਵੇਂ ਉਹਨੂੰ ਪਾਉਂਦਾ ਹੈ ਉਹਨਾ ਵੱਡਾ ਹੋਰ ਹੋ ਜਾਂਦਾ ਹੈ ਜੇ ਵੱਡ ਭਾਵ ਹੈ ਤੇ ਵੱਡ ਹੋਏ ਜਿੰਨਾ ਵੱਡਾ ਕਿਸੇ ਦੀ ਭਾਵਨਾ ਹੈ ਇਹ ਤੇ ਇਹ ਵੀ ਅਰਥ ਹੈ ਜੇਵਡ ਭਾਵ ਹੈ ਪਰ ਜਿੱਡਾ ਵੱਡਾ ਕਿਸੇ ਦਾ ਭਾਵ ਹੈ ਭਾਵਨਾ ਹੈ ਸ਼ਰਧਾ ਹੈ ਜਿਹਾ ਸਾਖਣ ਵਾਲੇ ਤੇਵਡ ਹੋਏ ਓਡੇ ਵੱਡੇ ਹੋ ਜਾਂਦੇ ਨੇ ਭਾਵ ਸ਼ਰਧਾ ਮੁਤਾਬਕ ਗੁਰੂ ਨੂੰ ਜੋ ਕੋਈ ਕੁਝ ਸਮਝਦਾ ਉਹ ਕੁਝ ਹੋ ਜਾਂਦਾ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਚ ਜਿੰਨੀ ਕਿਸੇ ਦੀ ਸ਼ਰਧਾ ਹੈ ਜਿੰਨੀ ਕੋ ਦੀ ਭਾਵਨਾ ਹੈ ਓਡਾ ਵੱਡਾ ਉਹ ਹੋ ਜਾਂਦਾ ਹੈ ਜੇਵੜ ਭਾਵ ਹੈ ਜਿੰਨਾ ਵੱਡਾ ਉਹਨੂੰ ਪਾਉਂਦਾ ਹੈ ਭਾਵਨਾ ਹੈ ਉਹਦੀ ਭਾਵ ਹੈ ਉਹਦਾ ਜਿੱਡਾ ਕੋ ਓਡਾ ਵੱਡਾ ਹੋ ਜਾਏਗਾ ਜੇ ਉਹਦਾ ਬ੍ਰह्म ਭਾਵ ਹੋ ਜਾਏ ਤੇ ਜੀਵ ਤੋਂ ਬ੍ਰह्म ਹੋ ਜਾਏਗਾ ਜੀਵ ਭਾਵ ਟੁੱਟ ਜਾਏਗਾ ਬ੍ਰह्म ਭਾਵ ਆ ਗਿਆ ਤੇ ਜੇ ਹੋਰ ਹੋਰ ਭਾਵਨਾ ਨੇ ਤੇ ਓਡਾ ਵੱਡਾ ਹੁੰਦਾ ਜਾਏਗਾ ਕਿਉਂ ਪ੍ਰਭੂ ਪਰਮਾਤਮਾ ਜਿਹੜਾ ਹੈ ਭਾਵਨਾ ਮੁਤਾਬਕ ਫਲ ਦਿੰਦਾ ਹੈ ਤੇ ਜਿੱਡੀ ਵੱਡੀ ਭਾਵਨਾ ਓਡਾ ਵੱਡਾ ਉਹ ਹੋ ਜਾਏਗਾ ਨਾਨਕ ਜਾਣੈ ਸਾਚਾ ਸੋਏ ਤੇ ਉਹਦੀ ਭਾਵਨਾ ਨੂੰ ਸੱਚਾ ਜਾਣਦਾ ਹੈ ਇਹਦੀ ਕੀ ਭਾਵਨਾ ਹੈ ਉਹਦੇ ਮੁਤਾਬਕ ਉਹਨੂੰ ਉਹ ਫਲ ਦੇ ਰਿਹਾ ਹੈ ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚੁ ਕਾ ਪੁਰ ਚੁਕ ਸਾਧ ਸੰਗਤ ਗੁਰੂ ਪਰਮੇਸ਼ਰ ਬਖਸ਼ਣ ਯੋਗ ਨੇ ਕਰੋ ਕਿਰਪਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ